अकाल चैनल ਨਾਲ ਜੁੜਿਓ ਤੁਸੀਂ ਤੇ ਮੈਂ ਤਜਿੰਦਰ ਸਿੰਘ ਸ਼ੰਭੂ ਬਾਰਡਰ ਤੇ ਆ ਤੇ ਸ਼ੰਭੂ ਬਾਰਡਰ ਤੋਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਇੱਕ ਲੰਬਾ ਕਾਫਲਾ ਜਿਹੜਾ ਕਈ ਦਿਨ ਤੋਂ ਇੱਥੇ ਬੈਠਾ ਵਾ 13 ਤਰੀਕ ਨੂੰ ਇੱਥੇ ਪਹੁੰਚ ਚੁੱਕੇ ਸੀ ਕਿਸਾਨ ਮਜ਼ਦੂਰ ਤੇ ਆਮ ਆਵਾਮ ਜਿਹੜੀ ਹੈਗੀ ਆ ਪੰਜਾਬ ਦੀ ਉਹ ਤੋਂ ਬਾਅਦ ਚ ਹਰਿਆਣੇ ਤੋਂ ਕਾਫਲੇ ਚਾਲੂ ਹੋ ਗਏ ਇਧਰਲੇ ਪਾਸੇ ਆਉਣ ਤੋਂ ਕੱਲ ਵੀਰ ਮਿਲੇ ਉਹ ਕਹਿੰਦੇ ਸੀ ਰਾਜਸਥਾਨ ਤੋਂ ਆਏ ਆ ਲਗਭਗ ਪੂਰੇ ਦੇਸ਼ ਦਾ ਕਿਸਾਨ ਜਿਹੜਾ ਵਾ ਉਹ ਜਾਗਰਤ ਹੋ ਚੁੱਕਾ ਵਾ ਇਸ ਟਾਈਮ ਦੇ ਉੱਤੇ ਤੇ ਜਿਹੜਾ 2020 ਦੇ ਵਿੱਚ ਅੰਦੋਲਨ ਚਾਲੂ ਹੋਇਆ ਸੀ ਤੇ 2021 ਦੇ ਵਿੱਚ ਵੱਡੀ ਪ੍ਰਾਪਤੀ ਸੀ ਉਹ ਚ ਕਿਤੇ ਨਾ ਕਿਤੇ ਕਮੀਆਂ ਵੀ ਰਹਿ ਗਈਆਂ ਜਿਹੜਾ ਦੁਬਾਰਾ ਕਹਿੰਦੇ ਸੜਕ ਤੇ ਸਾਨੂੰ ਆਉਣਾ ਪੈ ਗਿਆ ਉਹ ਚ ਕਮੀਆਂ ਇਹ ਸੀ ਕਿ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਹ ਮੰਗਾਂ ਮੰਨ ਲਵਾਂਗੇ ਪਰ ਉਹ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਜੇ ਹੁਣ ਦੀ ਗੱਲ ਕਰੀਏ ਤੇ ਕੇਂਦਰ ਵੱਲੋਂ ਚੌਥੇ ਗੇੜ ਦੀ ਮੀਟਿੰਗ ਕੀਤੀ ਆ 2 ਦਿਨ ਪਹਿਲਾਂ ਚੌਥੀ ਗੇੜ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਲੱਗਦਾ ਸੀ ਕੁਝ ਸਿਆਸੀ ਸਮੀਕਰਨ ਵੀ ਬਦਲਣਗੇ ਤੇ ਇਧਰਲੇ ਪਾਸੇ ਜਿਹੜਾ ਕਿਸਾਨਾਂ ਨੇ ਹੱਕੀ ਮੰਗਾਂ ਜਿਹੜੀਆਂ ਕਹਿੰਦੇ ਆ ਤੇ ਉਹ ਵੀ ਕਿਤੇ ਨਾ ਕਿਤੇ ਹੱਲ ਹੋਣਗੀਆਂ ਤੇ ਸ਼ਾਇਦ ਮਸਲਾ ਹੱਲ ਹੋ ਜਾਊਗਾ ਪਰ ਉਹ ਜੋ ਪ੍ਰਪੋਜ਼ਲ ਰੱਖੀ ਗਈ ਤੇ ਉਹ ਪ੍ਰਪੋਜ਼ਲ ਕਿਸਾਨਾਂ ਨੇ ਮੂਲੋਂ ਹੀ ਰਾਤੀ ਰੱਦ ਕਰਤੀ ਕਿਉਂਕਿ ਉਹ ਕਹਿੰਦੇ ਕਿ ਸਾਨੂੰ ਟਾਈਮ ਚਾਹੀਦਾ ਪਹਿਲਾਂ ਉਧਰੋਂ ਸਰਕਾਰ ਆ ਕਹਿੰਦੀ ਕਿ ਸਾਨੂੰ ਵੀ ਟਾਈਮ ਚਾਹੀਦਾ ਚੌਥੇ ਗੇੜ ਦੀ ਮੀਟਿੰਗ ਸਟਾਰਟ ਹੋਈ ਚੌਥੇ ਗੇੜ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਦੋਵੇਂ ਧਿਰਾਂ ਵਾਪਸ ਚਲ ਜਾਂਦੀਆਂ ਵਾ ਇਹ ਕਿਸਾਨ ਇੱਧਰ ਨੂੰ ਆ ਜਾਂਦੇ ਕਿਸਾਨ ਆਗੂ ਸਾਹਿਬਾਨ ਤੇ ਲੀਡਰ ਜਿਹੜੇ ਹੈਗੇ ਸਿਆਸਤ ਵਾਲੇ ਉਹ ਦਿੱਲੀ ਵਾਲੇ ਪਾਸੇ ਨੂੰ ਕੂਚ ਕਰ ਜਾਂਦੇ ਆ ਇੱਕ ਦਿਨ ਦਾ ਸਮਾਂ ਤੇ ਰਾਤ ਦੀ ਜਿਹੜੀ 9 ਵਜੇ ਪ੍ਰੈਸ ਕਾਨਫਰੰਸ ਹੁੰਦੀ ਆ ਉਹਦੇ ਵਿੱਚ ਮੂਲੋਂ ਰੱਦ ਕੀਤਾ ਜਾਂਦਾ ਕਿ ਅਸੀਂ ਜਿਹੜੀਆਂ ਤੁਸੀਂ 4 ਜਾਂ 5 ਫਸਲਾਂ ਤੇ MSP ਦੀ ਗੱਲ ਕੀਤੀ ਆ ਸਾਰੀਆਂ ਹੀ ਫਸਲਾਂ ਤੇ MSP ਚਾਹੀਦੀ ਆ ਇਹਨਾਂ 4-5 ਦੇ ਫਸਲਾਂ ਤੇ ਨਹੀਂ ਚਾਹੀਦੀ ਜਿਹੜੇ ਘਟਨਾਕ੍ਰਮ ਰੋਜ਼ਾਨਾ ਦੇ ਬਦਲ ਰਹੇ ਆ ਤੇ ਅਗਲੀ ਰਣਨੀਤੀ ਕੀ ਹੋਊਗੀ ਤੇ ਹੁਣ ਸਮਾਂ ਦੱਸੂਗਾ ਤੇ ਵੱਡੇ ਕਾਫਲੇ ਦੀ ਇੱਕ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਸ ਤਰ੍ਹਾਂ ਕਾਫਲੇ ਜਿਹੜੇ ਹੈਗੇ ਆ ਅੱਗੇ ਸ਼ੰਭੂ ਬਾਰਡਰ ਵਾਲੇ ਪਾਸੇ ਨੂੰ ਚਾਲੇ ਪਾ ਰਹੇ ਆ ਸ਼ੰਭੂ ਬਾਰਡਰ ਵਾਲੇ ਪਾਸੇ ਨੂੰ ਕਾਫਲੇ ਜਿਹੜੇ ਕਿ ਇਕੱਠੇ ਹੋ ਕੇ ਕਿਸਾਨ ਉੱਥੇ ਜਾ ਕੇ ਇਕੱਠੇ ਹੁੰਦੇ ਆ ਉੱਥੇ ਸਟੇਜ ਲੱਗਦੀ ਆ ਤੇ ਉੱਥੇ ਤਕਰੀਰਾਂ ਹੁੰਦੀਆਂ ਕੁਛ ਕਿਸਾਨ ਵੀਰ ਇੱਥੇ ਸਾਡੇ ਨਾਲ ਆ ਕਿਉਂਕਿ ਜਦੋਂ ਕਾਫਲੇ ਚੱਲੇ ਸੀ ਤੇ ਮਾਝੇ ਦੀਆਂ ਤਸਵੀਰਾਂ ਤੁਹਾਨੂੰ ਸ਼ੁਰੂ ਆ ਚ ਦਿਖਾ ਲਈਆਂ ਸੀ ਬਿਆਸ ਤੋਂ ਵੱਡਾ ਕਾਫਲਾ ਚੱਲਿਆ ਸੀ ਉਦੋਂ ਇਹ ਵੀਰ ਸਾਨੂੰ ਮਿਲੇ ਸੀ ਤੇ ਅੱਜ ਫੇਰ ਜਿਹੜਾ ਕਿ ਇੱਕ ਲੰਬਾ ਕਾਫਲਾ ਵਾ ਸ਼ੰਭੂ ਚ ਬੈਠਾ ਹੋਇਆ ਉਸ ਕਾਫਲੇ ਦੇ ਵਿੱਚ ਐਂਟਰ ਹੋਣ ਲੱਗਦੇ ਆ ਤੇ ਪਿਛਲੇ ਪਾਸੇ ਇੱਕ ਲੰਬਾ ਕਾਫਲਾ ਤੁਸੀਂ ਟਰਾਲੀਆਂ ਦਾ ਵੇਖਿਆ ਤੇ ਅਗਲੇ ਪਾਸੇ ਵੀ ਬਹੁਤ ਵੱਡਾ ਕਾਫਲਾ ਵਾ ਤੇ ਸੈਂਟਰ ਜਿਹਦੇ ਵਿੱਚ ਜਦੋਂ ਵੀਰਾਂ ਨਾਲ ਗੱਲਬਾਤ ਹੋਈ ਤੇ ਇਹ ਕਹਿੰਦੇ ਕਿ ਤਕਰੀਬਨ 13 ਤਰੀਕ ਤੋਂ ਇੱਥੇ ਆਣ ਕੇ ਬੈਠੇ ਆ 11 ਤਰੀਕ ਤੋਂ ਘਰੋਂ ਸਫ਼ਰ ਚਾਲੂ ਕੀਤਾ ਸੀ 12 ਨੂੰ ਰਸਤੇ ਚ ਰੁਕਦੇ ਆ 13 ਨੂੰ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਤੇ 13 ਨੂੰ ਇੱਥੇ ਕੂਚ ਕਰਕੇ ਤੇ ਫਿਰ ਇੱਥੇ ਪਹੁੰਚ ਜਾਂਦੇ ਆ ਅੱਗੇ ਜੋ 13 ਤਰੀਕ ਨੂੰ ਹੋਇਆ ਤੁਸੀਂ ਸਾਰਾ ਕੁਝ ਜਾਣ ਚੁੱਕੇ ਹੋ ਤਾਂ ਸਾਰਿਆਂ ਵੀਰਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਗੁਰਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਲੋਕ ਸਿੰਘ ਜੀ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਮਹਾਰਾਜ ਮੇਰਾ ਨਾਮ ਤਰਲੋਕ ਸਿੰਘ ਪਿੰਡ ਤਾਰਪੁਰਾ ਜੋਨ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਅਸੀਂ ਚੜ੍ਹਦੀ ਕਲਾ ਜਾਂ ਮਹਾਰਾਜ 13 ਤਰੀਕ ਤੋਂ ਇੱਥੇ ਧਰਨਾ ਲਾ ਕੇ ਬੈਠੇ ਹਾਂ ਅਸੀਂ ਦਿੱਲੀ ਨੂੰ ਜਾਵਾਂਗੇ ਹੀ ਜਾਵਾਂਗੇ ਪੱਕਾ ਵਾ ਸਾਡਾ ਵੀ ਦਿੱਲੀ ਨੂੰ ਮੋਰਚਾ ਤੋੜ ਕੇ ਤੁਰੇ ਹੋ ਤੁਸੀਂ 11 ਤਰੀਕ ਦੇ ਤੁਰੇ ਹਾਂ 12 ਨੂੰ 11 ਨੂੰ ਰੁਕੇ ਆਣਗੇ ਬਿਆਸ ਰੁਕੇ 12 ਨੂੰ 12 ਤੋਂ ਉੱਥੋਂ ਚਾਲੇ ਪਾਏ ਫਿਰ ਫਤਿਹਗੜ੍ਹ ਸਾਹਿਬ ਆ ਕੇ ਰੁਕੇ ਆ ਉੱਥੋਂ ਫਿਰ ਆਇਆ ਸ਼ੰਭੂ ਬਾਰਡਰ ਤੇ ਆਏ ਆ 13 ਤਰੀਕ ਨੂੰ ਟਰੈਕਟਰ ਟਰਾਲੀਆਂ ਆਪਣੀਆਂ ਸਭ ਪਿੰਡਾਂ ਚੋਂ ਲੈ ਕੇ ਆਏ ਆ ਆਪਣੀਆਂ ਟਰੈਕਟਰ ਟਰਾਲੀਆਂ ਪਿੰਡੋਂ ਲੈ ਕੇ ਰਾਸ਼ਨ ਨਾਲ 6 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਆਏ ਆ ਤੇ ਰਾਸ਼ਨ ਤੁਸੀਂ ਲੈ ਕੇ ਆਏ ਹੋ ਤੇ ਵੈਸੇ ਰਾਸ਼ਨ ਤੇ ਇਲਾਕੇ ਦੀ ਸੰਗਤ ਵੀ ਬਹੁਤ ਲੈ ਕੇ ਆਈ ਹੈ ਹਨਾ ਕਿਵੇਂ ਆ ਉਹ ਰਾਸ਼ਨ ਦੀ ਲੋੜ ਪਈ ਪਕਾਉਣ ਦੀ ਕਿ ਜਾਂ ਇੱਥੋਂ ਹੀ ਮਿਲ ਜਾਂਦਾ ਪੱਕਿਆ ਪਕਾਇਆ ਜੀ ਨਹੀਂ ਹਾਲੇ ਲੋੜ ਨਹੀਂ ਪਈ ਹਾਲੇ ਇੱਥੇ ਰਾਸ਼ਨ ਵਾਧੂ ਆ ਇਹ ਰਾਸ਼ਨ ਰੱਖਿਆ ਵੀ ਦਿੱਲੀ ਜਾ ਕੇ ਜੇ ਉੱਥੇ ਲੋੜ ਪਈ 6 ਮਹੀਨੇ ਲੱਗੇ ਤੇ ਫਿਰ ਉਹ ਪਕਾਵਾਂਗੇ ਕਹਿੰਦੇ ਕਿ ਜੋ ਤੁਸੀਂ ਕਿਹਾ ਵਾ ਉਹ ਅਸੀਂ ਐਕਸੈਪਟ ਨਹੀਂ ਕਰਦੇ ਤੇ ਰਾਤ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਤੋਂ ਬਾਅਦ ਦੇ ਵਿੱਚ ਲੱਗਦਾ ਕਿ ਕੱਲ ਨੂੰ ਦਿੱਲੀ ਵਾਲੇ ਪਾਸੇ ਨੂੰ ਜਿਹੜਾ ਟਾਈਮ ਦਿੱਤਾ ਹੋਇਆ ਸੀ 21 ਤਰੀਕ ਦਾ ਹੁਣ ਅਗਲੇ ਪਾਸੇ ਨੂੰ ਚੱਲੇ ਪਾਓਗੇ ਦੇਖੋ ਇਹ ਪ੍ਰਧਾਨਾਂ ਦਾ ਹੁਕਮ ਆ ਜੋ ਹੁਕਮ ਕਹਿਣਗੇ ਬੈਰੀਅਰ ਤੋੜ ਦੋ ਤੇ ਅਸੀਂ ਚਾਲੇ ਪਾ ਦੇਵਾਂਗੇ ਪਿੱਛੇ ਨਹੀਂ ਹਟਾਂਗੇ ਕਹਿੰਦੇ ਕਿ 11 ਵਜੇ 21 ਤਰੀਕ ਨੂੰ ਅਗਲੇ ਪਾਸੇ ਨੂੰ ਚਾਲੇ ਪਾਉਣੇ ਹਾਂ 21 ਤਰੀਕ ਨੂੰ 11 ਵਜੇ ਅਗਲੇ ਚਾਲੇ ਪਾਉਣ ਦੀ ਪੂਰੀ ਤਿਆਰੀ ਆ ਜੀ ਹਾਂਜੀ ਤਿਆਰ ਪੁਰ ਤਿਆਰ ਆ ਜੀ ਗੋਲੀਆਂ ਖਾਣ ਨੂੰ ਤਿਆਰ ਪੁਰ ਤਿਆਰ ਆ 13 ਤਰੀਕ ਨੂੰ ਜੋ ਕੁਛ ਹੋਇਆ ਅੱਖੀ ਵੇਖਿਆ ਤੁਸੀਂ ਸਾਰਾ ਕੁਛ ਅੱਗੇ ਸਾਰਾ ਕੁਛ ਅੱਖੀ ਵੇਖਿਆ ਉੱਥੇ ਮੌਕੇ ਤੇ ਹੀ ਹਾਂ ਬਾਰਡਰ ਤੇ ਗੋਲੀਆਂ ਉਹਨਾਂ ਬਹੁਤ ਅੱਗਿਓਂ ਚਲਾਈਆਂ SLR ਦੀਆਂ ਵੀ ਗੋਲੀਆਂ ਚਲਾਈਆਂ ਪਲਾਸਟਿਕ ਦੀਆਂ ਵੀ ਅਥਰੂ ਗੈਸ ਵੀ ਸੁੱਟੇ ਕਾਫੀ ਬੱਚਿਆਂ ਦੇ ਮਤਲਬ ਮੁੰਡਿਆਂ ਦੇ ਲੱਗੇ ਆ ਨੁਕਸਾਨ ਵੀ ਹੋਇਆ ਕੋਈ 50 ਦੇ ਲਾਗੇ 75 ਦੇ ਲਾਗੇ ਮੁੰਡਿਆਂ ਦੇ ਨੁਕਸਾਨ ਹੋਏ ਆ ਅੱਛਾ ਹੁਣ ਸਮਾਂ ਬੜਾ ਥੋੜਾ ਜਿਹਾ ਰਹਿ ਗਿਆ ਤੁਹਾਡੇ ਕੋਲ ਕਿਉਂਕਿ ਅੱਜ ਦਾ ਦਿਨ ਅੱਜ ਦੀ ਰਾਤ ਅੱਧਾ ਕੁ ਦਿਨ ਅੱਜ ਦਾ ਰਹਿ ਗਿਆ ਤੇ ਕੱਲ ਨੂੰ 11 ਵਜੇ ਤਕਰੀਬਨ 24 ਘੰਟੇ ਤੋਂ ਘੱਟ ਦਾ ਸਮਾਂ ਰਹਿ ਗਿਆ ਅਗਲੇ ਪਾਸੇ ਚਾਲੇ ਪਾਉਣ ਵਾਸਤੇ ਹਾਂਜੀ ਹਾਂਜੀ ਨਹੀਂ ਅਸੀਂ ਬਿਲਕੁਲ ਸਾਡੀ ਤਿਆਰੀ ਅਸੀਂ ਰਾਸ਼ਨ ਪਾਣੀ ਛਕੇ ਆ ਬਿਲਕੁਲ ਤਿਆਰ ਹਾਂ
ਤਿਆਰ ਹੋ। ਅੱਛਾ ਇੱਕ ਸਰਕਾਰ ਨਾਲ ਜਿਹੜੀ ਗੱਲਬਾਤ ਹੋਈ ਆ, ਆਸ ਰੱਖਦੇ ਹੋ ਕਿ ਸ਼ਾਇਦ ਕੇਂਦਰ ਫਿਰ ਕੋਈ ਗੱਲਬਾਤ ਹਾਲ ਕੱਢੇ, ਰਾਤ ਤੱਕ ਕੋਈ ਮੀਟਿੰਗ ਦਾ ਦੌਰ ਫਿਰ ਨਾ ਚਾਲੂ ਹੋ ਜੇ? ਦੇਖੋ ਇਹ ਤੇ ਹੁਣ ਸਰਕਾਰ ਤੇ ਆ ਨਾ ਵੀ ਕੀ ਕਰਦੀ ਆ, ਕੁਝ ਥੋੜਾ ਥੋੜਾ ਮੰਨਦੇ ਆ ਪਰ ਅਜੇ ਪੂਰਾ ਨਹੀਂ ਮੰਨਦੇ। ਸਾਰੇ ਮਾਝੇ ਤੋਂ ਹੀ ਆ ਜੀ? ਮਾਝੇ ਤੋਂ, ਸਾਰੇ ਅੰਮ੍ਰਿਤਸਰ ਜ਼ਿਲ੍ਹੇ ਤੋਂ। ਅਸੀਂ ਮੋਹਾਲੀ ਤੋਂ ਹੈ ਜੀ, ਪਿੰਡ ਹੰਸ। ਹਾਂਜੀ ਹਾਂਜੀ, ਪਿੰਡ ਮੋਹਾਲੀ ਆਏ ਹੋਏ ਤੁਸੀਂ? ਮੈਂ ਅਸੀਂ 13 ਤਰੀਕ ਤੇ ਆ ਰਹੇ ਜੀ, ਅਸੀਂ ਹਰ ਰੋਜ਼ ਆ ਰਹੇ ਡੇਲੀ। ਹਾਂਜੀ ਹਾਂਜੀ, ਲੰਗਰ ਮੋਹਾਲੀ ਨੂੰ ਹੈ ਵੀ ਲੱਗੇ ਆ ਨਾ ਤੁਹਾਡੇ? ਬਿਲਕੁਲ, ਹੰਸ ਵਾਲਾ ਪਿੰਡ ਨੇੜੇ ਹੀ ਹੈ, ਪਰ ਅਸੀਂ ਲੰਗਰ ਵੀ ਲਾ ਰਹੇ ਹਾਂ ਇੱਥੇ, ਹਰ ਰੋਜ਼ ਲਿਆਉਂਦੇ ਹਾਂ ਜੀ ਬਣਾ ਕੇ। ਸਤਿ ਲੋਕ ਸਿੰਘ ਵੀ ਕਹਿ ਰਹੇ ਸੀ ਕਿ ਸਹੀ ਜਿਹੜਾ 6-6 ਮਹੀਨੇ ਦਾ ਲੰਗਰ ਲੈ ਕੇ ਸਾਨੂੰ ਤੇ ਪਕਾਉਣ ਦੀ ਲੋੜ ਨਹੀਂ ਪਈ, ਕਹਿੰਦੇ ਕਿ ਸੰਗਤ ਹੀ ਲੈ ਕੇ ਆਉਂਦੀ ਹੈ ਤੇ ਉਹ ਹੀ ਛਕਣ ਡਏ ਆ। ਪੂਰੀ ਮਦਦ ਕਰਦੇ ਜਿਹੜੇ ਦੂਰ ਦੂਰ ਤੋਂ ਕਿਸਾਨ ਆ ਰਹੇ ਆ, ਅਸੀਂ ਪੂਰੀ ਮਦਦ ਕਰ ਰਹੇ ਹਾਂ ਉਹਨਾਂ ਦੀ। ਸਾਡੇ ਭਾਈ ਸਾਡੇ ਹੀ, ਸਾਡਾ ਹੀ ਪੰਜਾਬ ਹੈ ਜੀ, ਅਸੀਂ ਮਦਦ ਕਰ ਰਹੇ ਜੀ। ਹਰ ਜਿਹੜਾ ਇਹਨਾਂ ਨੇ ਕਾਨੂੰਨ ਪਾਸ ਕਰਿਆ, ਜਿਹੜਾ ਤੁਸੀਂ ਕਹਿ ਰਹੇ ਮੱਕੀ ਤੇ ਕਪਾਹ ਤੇ, ਇਹਨਾਂ ਨੇ 3 ਤੇ MSP ਦੇਣ ਦਾ ਉਹ ਕਰਿਆ ਜੀ, ਇਹ ਗਲਤ ਗੱਲ ਹੈ। ਕਿਉਂਕਿ ਦੇਖੋ ਜੀ, ਇੱਥੇ ਤੁਹਾਨੂੰ ਪਤਾ ਇੱਥੇ ਪਾਣੀ ਦੀ ਮਾਰ ਹੈ, ਮਾਰੂ ਇਲਾਕਾ, ਇੱਥੇ ਕਿੱਥੇ ਕਪਾਹ ਮੱਕੀ ਕਿੱਥੇ ਹੋਜੂ? ਮੱਕੀ ਤਾਂ ਹੁੰਦੀ ਹੈ, ਕਪਾਹ ਕਿੱਥੇ ਹੋਜੂਗੀ ਜੀ? ਇੱਥੇ ਦਾਲਾਂ ਫਿਰ ਵੀ, ਦਾਲਾਂ ਵੀ ਬਹੁਤ ਉਹ ਕਰਨੀ ਪੈਣੀ ਫਿਰ ਹੋਣਗੀ, ਘੱਟ ਆ ਜੀ ਕਣਕ ਤੇ। ਕਿਸਾਨਾਂ ਨੇ ਰਾਤ ਦਾ ਪ੍ਰਪੋਜ਼ਲ ਰੱਦ ਕੀਤੀ, ਤੁਸੀਂ ਸਹਿਮਤ ਹੋ ਕਿ ਜੋ ਕਿਸਾਨ ਆਗੂ ਨੇ ਕਿਹਾ ਕਿ ਨਹੀਂ ਪ੍ਰਪੋਜ਼ਲ ਰੱਦ ਕਰਤੀ ਨਾ, ਉਹ ਕਹਿੰਦੇ ਜੋ ਕੇਂਦਰ ਕਹਿ ਰਹੀ ਆ ਉਹ ਗਲਤ ਆ, ਸਾਰੀਆਂ ਫਸਲਾਂ ਤੇ MSP ਚਾਹੀਦੀ ਆ? ਹਾਂਜੀ ਹਾਂਜੀ ਬਿਲਕੁਲ, ਸਾਰੀਆਂ ਤੇ ਚਾਹੀਦੀ ਹੈ, ਜੋ ਵੀ ਉਹਨਾਂ ਦੀ ਮੰਗਾਂ ਸਾਰੀਆਂ ਤੇ ਚਾਹੀਦੀ ਹੈ, ਕਿਉਂਕਿ MSP ਬਹੁਤ ਜ਼ਰੂਰੀ ਹੈ ਜੀ। MSP ਤੇ ਨਹੀਂ ਮਿਲੀ ਫਿਰ ਕੋਈ ਗੱਲ ਫਾਇਦਾ ਨਹੀਂ ਹੈਗਾ ਜੀ। ਬਾਬਾ ਜੀ ਠੀਕ ਹੋ ਤੁਸੀਂ? ਠੀਕ ਮਹਾਰਾਜ ਜੀ, ਪਿੱਠੇ ਵਾੜੇ ਜੀ ਨਾਲੇ। ਅੱਛਾ ਤੁਸੀਂ ਬਾਰਡਰ ਲਾਗੋਂ ਆਏ ਹੋ? ਅੱਛਾ, ਇਹ ਫੌਜ ਇੱਕ ਬਾਰਡਰ ਤੋਂ ਆਈ ਆ ਤੇ ਦੂਜੇ ਬਾਰਡਰ ਤੇ ਬੈਠੀ ਹੋਈ ਆ? ਬੈਠੀ ਜੀ। ਉਸ ਬਾਰਡਰ ਨੂੰ ਕਿਵੇਂ ਵੇਖਦੇ ਹੋ, ਲਾਗੇ ਗਏ ਕਿ ਕੰਡਿਆਲੀ ਤਾਰ ਦੇ? ਗਏ ਆ ਜੀ, ਉੱਥੇ ਰਹਿੰਦੇ ਆ। ਕੰਡਿਆਲੀ ਤਾਰ ਤੇ ਲਾਗੇ ਰਹਿੰਦੇ ਆ? ਹਾਂ ਜੀ, ਪਿੰਡ ਹੀ ਉੱਥੇ ਤੇ ਉੱਥੇ ਰਹਿਣਾ। ਅੱਛਾ, ਕਿੰਨੀ ਕੁ ਦੂਰ ਆ ਕੰਡਿਆਲੀ ਤਾਰ ਤੋਂ ਪਿੰਡ? ਪਿੰਡ ਸਾਡਾ ਸਾਡਾ 5 ਕਿਲੋਮੀਟਰ ਹੈ। ਅੱਛਾ, ਬਹੁਤ ਨੇੜੇ ਹੋ ਤੁਸੀਂ? ਨੇੜੇ ਜੀ, ਕਿਹਾ ਵੀ ਕਿਲੋਮੀਟਰ ਹੀ ਅਗਲੇ ਪਾਸੇ ਦਾ ਵੀ ਬਾਰਡਰ ਬਣਿਆ ਹੋਇਆ। ਪਰਸੋਂ ਦੇ ਵੇਖਣ ਦਾ ਆ, ਇਹ ਵੀ ਬਾਰਡਰ ਹੀ ਬਣਾਇਆ ਹੋਇਆ ਬਾਬਾ ਜੀ, ਇਹ ਵੀ ਬਸ ਅੱਜ ਬਾਰਡਰ ਬਣਾਤਾ ਨਾ ਇਹ। ਉਧਰ ਫੌਜ ਲੱਗੀ ਸੀ ਪਾਕਿਸਤਾਨ ਵਾਲੇ ਪਾਸੇ ਨੂੰ, ਹੁਣ ਇਧਰਲੇ ਪਾਸੇ ਫੌਜ ਲੱਗੀ ਇਹ ਬਾਰਡਰ ਤੇ। ਉਸ ਬਾਰਡਰ ਚ ਕਿਵੇਂ ਵੇਖਦੇ ਹੋ ਤੁਸੀਂ ਦੋਵਾਂ ਬਾਰਡਰਾਂ ਚ ਫਰਕ? ਵਾ ਕੇ ਫਰਕ ਕਿੱਥੇ ਆ? ਫਰਕ ਇੱਕੋ ਜਿਹਾ ਹੋ ਗਿਆ, ਇਹ ਸਮਝ ਜ਼ਿਆਦਾ ਹੋ ਗਿਆ, ਇਹ ਜ਼ਿਆਦਾ ਹੋ ਗਿਆ, ਇੱਥੇ ਜ਼ਿਆਦਾ ਹੋ ਗਿਆ, ਇੱਥੇ ਕੰਧਾਂ ਹੋ ਗਈਆਂ, ਉੱਥੇ ਤਾਰ ਹੀ ਲੱਗੀ ਆ। ਆਈ ਆ ਜੀ, ਉੱਥੇ ਤਾਰੇ ਤੇ ਕੰਧਾਂ ਨੇ, ਤਾਰ ਵੀ ਲੱਗੀ ਆ ਤੇ ਕੰਧਾਂ ਵੀ ਲੱਗਣੀਆਂ ਹੋਈਆਂ। ਟਾਈਮ ਬੜਾ ਥੋੜਾ ਜਿਹਾ ਰਹਿ ਗਿਆ, ਕਿਸਾਨ ਆਗੂ ਕਹਿੰਦੇ ਅਗਲੇ ਪਾਸੇ ਜਾਣਾ, ਤਿਆਰੀਆਂ ਹੁਣ ਤੁਹਾਡੀਆਂ? ਤਿਆਰੀਆਂ ਪੂਰੀਆਂ, ਅਸੀਂ ਤਾਂ ਉਦਣ ਦੇ ਤਿਆਰ ਹੋ ਗਏ ਐ ਘਰੋਂ। ਨਾਂ ਕੀ ਜੇ ਤੁਹਾਡਾ? ਫੌਜਾ ਸਿੰਘ ਜੀ। ਫੌਜਾ ਸਿੰਘ ਜੀ, ਫੌਜਾ ਸਿੰਘ ਜੀ ਫੌਜਾਂ ਤਿਆਰ ਵਰ ਤਿਆਰ ਕਹਿ ਸਕਦੇ ਆ। ਆਪ ਤੁਸੀਂ ਖੇਤੀਬਾੜੀ ਕਰਦੇ ਹੋ? ਖੇਤੀਬਾੜੀ। ਕਿੰਨੀ ਕੁ ਪੈਲੀ ਆ ਤੁਹਾਡੇ ਕੋਲ? ਇਹ 7 ਕਿੱਲੇ। 7 ਕਿੱਲਿਆਂ ਦੀ ਆਮਦਨ ਇਹਨਾਂ 10 ਸਾਲਾਂ ਚ ਦੁੱਗਣੀ ਹੋਈ, ਕਿਉਂਕਿ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਤੁਹਾਡੀ ਫਸਲ ਜਿਹੜੀ ਲੋਕਾਂ ਦਾ ਕਰਜ਼ਾ ਵੱਜਾ ਜੱਟ ਤੇ ਮਰਨ ਦਾ, ਦੁੱਗਣੀ ਕਿੱਥੋਂ ਹੋ ਗਈ? ਦੁੱਗਣੀ ਤਾਂ ਹੋਈ ਨਾ ਕਿਤੇ ਨਾ, ਵਾਧਾ ਕਿੱਥੋਂ? ਘਾਟਾ ਪੈਂਦਾ, ਘਾਟਾ ਪੈਂਦਾ। ਮੋਦੀ ਸਾਹਿਬ ਜਦੋਂ ਆਏ ਸੀ ਨਾ, ਵੈਸੇ ਉਦੋਂ ਕਹਿੰਦੇ ਸੀ ਕਿ ਫਸਲਾਂ ਤੁਹਾਡੀਆਂ ਦੁੱਗਣੀਆਂ ਕਰ ਦੇਣਾ, ਕਿਸਾਨ ਖੁਸ਼ਹਾਲ ਹੋ ਜੇ ਆਖਿਆ, ਪਰ ਦੁੱਗਣੀਆਂ ਕੀਤੀਆਂ ਨਾ ਗਈਆਂ, ਝੂੜੀ ਆ ਜੋ ਮਰਜ਼ੀ ਕਰੀ। ਮੀਟਿੰਗ ਹੋਈ ਆ, ਮੀਟਿੰਗਾਂ ਦਾ ਕੀ ਲੱਗਦਾ ਸੀ? ਕੋਈ ਨਾ ਕੋਈ ਆਸਵੰਦ ਸੀ ਕਿ ਕੋਈ ਨਾ ਕੋਈ ਮਸਲਾ ਹੱਲ ਹੋਊਗਾ, ਪਰ ਉਹ ਖਤਮ ਹੋ ਚੁੱਕਾ। ਖਤਮ ਹੋ ਗਿਆ, ਉਹਦੇ ਕਹਿਤਾ ਨਾ ਵੀ ਨਹੀਂ ਜਾਣਾ। ਫਿਰ ਅੱਗੇ ਦੀਆਂ ਤਿਆਰੀਆਂ ਕੀ ਆ ਜੀ? ਦਿੱਲੀ ਨੂੰ, ਦਿੱਲੀ ਨਹੀਂ ਜਾਣਾ, ਦਿੱਲੀ ਨੂੰ ਰੋਕਣਗੇ ਤੇ ਫਿਰ ਕੀ ਕਰੋਗੇ? ਡਾਂਗਿਆ ਡਾਂਗ ਕੋਲ ਨਹੀਂ, ਡਾਂਗ ਇਸੇ ਕਰਕੇ ਗੋਲੀਆਂ ਦੱਸਦੇ ਨੇ ਅਗਲੇ ਪਾਸੇ। ਅੱਗੇ ਵੀ ਰੋਕੇ ਸੀ ਜੀ, ਅੱਗੇ ਵੀ ਇੱਥੇ ਲਾਏ ਸੀ ਬੈਰੀਕੇਡਿੰਗ, ਉਹ ਵੀ ਤੋੜੀ ਆ ਜੀ, ਹੁਣ ਵੀ ਤੋੜ ਦਾਂਗੇ ਜੀ। ਬਾਬਾ ਜੀ ਕਹਿੰਦੇ ਕਿ ਦੋਵਾਂ ਬਾਰਡਰਾਂ ਚ ਫਰਕ ਕੁਛ ਨੀ ਲੱਗਦਾ, ਇੱਕ ਪਾਸੇ ਵਾਹਗਾ ਬਾਰਡਰ ਆ ਤੇ ਇੱਕ ਪਾਸੇ ਸ਼ੰਭੂ ਬਾਰਡਰ ਆ, ਇਧਰਲੇ ਪਾਸੇ ਤੇ ਕਹਿੰਦੇ ਉਧਰ ਤੇ ਕੱਲੀ ਤਾਰ ਹੀ ਲੱਗੀ ਆ, ਇਸ ਬਾਰਡਰ ਦੇ ਤੇ ਕੰਧਾਂ ਕਰ ਦਿੱਤੀਆਂ ਗਈਆਂ, ਕਿਉਂਕਿ ਤਸਵੀਰਾਂ ਸ਼ੰਭੂ ਹੋਵੇ ਖਨੌਰੀ ਹੋਵੇ, ਇਸ ਬਾਰਡਰ ਦੀ ਕਦੀ ਵੀ ਇਹੋ ਜਿਹੀ ਨਹੀਂ ਦੁਰਵਰਤੋਂ ਹੋਈ ਜਿਹੜੀ ਇਸ ਟਾਈਮ ਤੇ ਹੋ ਰਹੀ ਆ, ਕਿਉਂਕਿ ਅਗਲੇ ਪਾਸੇ ਕੰਡਿਆਲੀ ਤਾਰ ਰੋਕਾਂ ਦੇ ਬਾਵਜੂਦ ਵੀ ਕਿਸਾਨ ਜਾਣ ਵਾਸਤੇ ਵਜੇਦਾ, ਤੇ ਕੱਲ ਦਾ ਤੇ ਆਗੂ ਸਾਹਿਬਾਨਾਂ ਨੇ ਇੱਥੋਂ ਤੱਕ ਕਹਿਤਾ ਕਿ ਅਸੀਂ ਸ਼ਾਂਤਮਈ ਅੱਗੇ ਵਧਣਾ ਵਾ, ਤੁਸੀਂ ਜੋ ਮਰਜ਼ੀ ਕਰੀ ਜਾਂਦੇ ਹੋ, ਅਸੀਂ ਸ਼ਾਂਤਮਈ ਵਧਣਾ ਵਾ, ਸਾਨੂੰ ਵੱਧ ਲੈਣ ਦਿਓ ਅਗਲੇ ਪਾਸੇ ਨੂੰ। ਜਿਹੜੀ ਮੀਟਿੰਗ ਹੋਈ ਆ, ਮੀਟਿੰਗ ਤੋਂ ਬਾਅਦ ਵਿੱਚ ਪ੍ਰੈਸ ਕਾਨਫਰੰਸ ਹੋਈ ਆ, ਤੇ ਪ੍ਰੈਸ ਦੇ ਵਿੱਚ ਵੀ ਇਹੋ ਕਿਹਾ ਗਿਆ ਕਿ ਅਸੀਂ ਅੱਗੇ ਵਧਣਾ ਵਾ, ਸ਼ਾਂਤੀਪੂਰਕ ਸਾਨੂੰ ਵੱਧ ਲੈਣ ਦਿਓ। ਵੇਖਦੇ ਹਾਂ ਕਿ 21 ਤਰੀਕ 11 ਵਜੇ ਸ਼ਾਂਤੀਪੂਰਕ ਕਿਸਾਨਾਂ ਨੂੰ ਵਧਣ ਦਿੱਤਾ ਜਾਂਦਾ ਅਗਲੇ ਪਾਸੇ, ਜਾਂ ਫਿਰ ਸਰਕਾਰ ਵੱਲੋਂ ਜਿਹੜੀ ਕਿ ਹਰਿਆਣਾ ਗਵਰਨਮੈਂਟ ਆ ਉਹਨਾਂ ਨੂੰ ਰੋਕਿਆ ਜਾਂਦਾ। ਖਨੌਰੀ ਦੀਆਂ ਜਿਹੜੀਆਂ ਤਸਵੀਰਾਂ ਸੀ, ਉੱਥੇ ਇਸੇ ਤਰ੍ਹਾਂ ਹੀ ਕਿਸਾਨ ਬੈਠੇ ਹੋਏ ਆ ਤੇ ਦੋਵੇਂ ਪਾਸੇ ਪਿਆਲੀਆਂ 'ਚ ਪਾਣੀ ਛੱਡਿਆ ਵਾ।
ਕਿ ਪੈਲੀਆਂ ਵਾਲੇ ਪਾਸੇ ਨਾਲ ਤੁਸੀਂ ਜਾ ਸਕੋ। ਜਿਹੜੀ ਹਰਿਆਣੇ ਵਾਲੇ ਪਾਸੇ ਆ ਉਹ ਲਗਾਤਾਰ ਬੰਬੀਆਂ ਚੱਲਦੀਆਂ, ਉੱਥੇ ਕਹਿੰਦੇ ਕਿ ਲਾਗੇ ਸੂਆ ਜਾਂ ਕੋਈ ਦਰਿਆ ਵਾ ਜਾਂ ਕੋਈ ਨਹਿਰ ਵਗਦੀ ਆ, ਉਹਦਾ ਪਾਣੀ ਜਿਹੜਾ ਹੈਗਾ ਵਾ ਉਹ ਵੀ ਲਿਆ ਕੇ ਉਹਨਾਂ ਪੈਲੀ ਛੱਡਿਆ ਗਿਆ ਵਾ ਤਾਂ ਕਿ ਦੋਵੇਂ ਪਾਸੇ ਪੈਲੀਆਂ ਗਿੱਲੀਆਂ ਰਹਿਣ ਤੇ ਅੱਗੇ ਨਾ ਕੋਈ ਵੱਧ ਸਕੇ। ਇਹੋ ਜਿਹੀ ਰਣਨੀਤੀ ਉਲੀਕੀ ਜਾ ਰਹੀ ਆ ਤੇ ਕਈ ਲੇਅਰ ਦੀ ਬੈਰੀਗੇਟਿੰਗ ਆ ਜਿਹੜੀ 7-7-8-8 ਲੇਅਰ ਦੀ ਬੈਰੀਗੇਟਿੰਗ ਸੀ ਜਿਹੜੀ ਪਹਿਲੇ ਦਿਨ ਤੋਂ ਕੀਤੀ ਹੋਈ ਸੀ, ਤਕਰੀਬਨ 2-3 ਲੇਅਰਾਂ ਜਿਹੜੀਆਂ ਕਿ ਪਹਿਲੇ ਦਿਨ ਤੋੜ ਦਿੱਤੀਆਂ ਗਈਆਂ ਸੀ। ਫਿਰ ਕਿਸਾਨ ਆਗੂ ਸਾਹਿਬਾਨ ਦੇ ਨਾਲ ਕੇਂਦਰ ਦੀ ਮੀਟਿੰਗ ਤੋਂ ਬਾਅਦ ਦੇ ਵਿੱਚ ਇਹ ਲੱਗਦਾ ਸੀ ਕਿ ਕਿਤੇ ਨਾ ਕਿਤੇ ਜਿਹੜੀ ਆਵਾਜ਼ ਪਈ ਆ ਕੋਈ ਨਾ ਕੋਈ ਮਸਲਾ ਹੱਲ ਹੋਊਗਾ, ਪਰ ਮਸਲੇ ਦਾ ਹੱਲ ਲੱਗਦਾ ਨਹੀਂ ਕਿ ਕੋਈ ਹੋਊਗਾ। ਜਿਹੜੀਆਂ ਮੀਟਿੰਗਾਂ ਹੋਈਆਂ, ਮੀਟਿੰਗਾਂ ਚੌਥੇ ਗੇੜ ਦੀ ਮੀਟਿੰਗ ਹੋਈ, ਸੀਐਮ ਸਾਹਿਬ ਵਿੱਚ ਬੈਠੇ ਸੀ ਭਗਵੰਤ ਸਿੰਘ ਜੀ ਮਾਨ, ਉਹਨਾਂ ਨੇ ਵੀ ਕਿਹਾ ਕਿ ਮੈਂ ਇੱਕ ਚੰਗੇ ਵਿਚੋਲੇ ਦੀ ਭੂਮਿਕਾ ਨਿਭਾਊਂਗਾ, ਕਿਸਾਨਾਂ ਦਾ ਵਿਚੋਲਾ ਬਣ ਕੇ ਵਿਚਰ ਰਿਹਾ ਵਾਂ, ਕੇਂਦਰ ਆਣ ਕੇ ਆਪ ਗੱਲਬਾਤ ਕਰਦੀ ਆ, ਪਰ ਜੋ ਹੋਇਆ ਤੁਹਾਡੇ ਸਾਹਮਣੇ ਸੀ। ਕਿਉਂਕਿ ਕੁਛ ਕੁ ਫਸਲਾਂ ਤੇ ਜਿਵੇਂ ਵੀਰ ਨੇ ਕਿਹਾ ਕਿ 3 ਜਾਂ 4 ਫਸਲਾਂ ਤੇ ਕੇਵਲ MSP ਦਿੰਦੇ ਸੀ, ਉੱਥੇ ਨਹੀਂ ਸਾਰੀਆਂ ਫਸਲਾਂ ਤੇ MSP ਚਾਹੀਦੀ ਆ। ਤੇ ਜੇ ਦੂਜੇ ਪਾਸੇ ਗੱਲ ਕਰੀਏ, ਕੁਛ ਮੀਡੀਆ ਅਦਾਰੇ ਜਿਹੜੇ ਦੱਸ ਰਹੇ ਆ, ਕਹਿੰਦੇ ਕਿ ਜੇ ਕਿਸਾਨ ਨੂੰ ਇਹਨਾਂ ਕੁਛ ਦੇਤਾ ਤਾਂ 97% ਜਿਹੜੇ ਕਿ ਹਿੱਸਾ ਵਾ, ਜਿੱਦਾਂ ਪੈਸੇ ਦਾ ਕਹਿ ਸਕਦੇ ਅਸੀਂ, ਉਹ ਕਿਸਾਨਾਂ ਨੂੰ ਦੇਣਾ ਪੈਣਾ। ਤੇ ਉਧਰਲੇ ਪਾਸੇ ਜੇ ਕਿਸਾਨ ਆਗੂ ਕਹਿੰਦੇ ਆ, ਉਹਨਾਂ ਨੇ ਕੈਲਕੂਲੇਟ ਕਰਕੇ ਦੱਸਤਾ ਕਿ ਜੇ ਤੁਸੀਂ ਸਾਨੂੰ ਸਾਡੇ ਵਾਸਤੇ ਕਿੰਨਾ ਖਰਚਾ ਬਣਦਾ ਵਾ, ਬਾਕੀ ਸਾਰਾ ਆਪਣੇ ਦੇਸ਼ ਤੁਸੀਂ ਵੰਡ ਸਕਦੇ ਹੋ, ਕੋਈ ਵੀ ਭੁੱਖਾ ਨਹੀਂ ਮਰੂਗਾ। ਜੇ ਕਿਸਾਨ ਅੰਨ ਦਾ ਤਾਂ ਭੁੱਖਾ ਮਰਦਾ ਵਾ ਤੇ ਉਹਦੇ ਨਾਲ ਨੁਕਸਾਨ ਹੋਊਗਾ। ਹੋਰ ਵੀ ਬਾਬੇ ਸਾਡੇ ਨਾਲ ਗੱਲਬਾਤ ਕਰਦੇ, ਬਾਬਾ ਜੀ ਨਾਂ ਕੀ ਜੇ ਤੁਹਾਡਾ? ਜੀਵਾ ਸਿੰਘ ਜੀ, ਕਿੱਥੋਂ ਆਏ ਹੋ ਤੁਸੀਂ? ਅੰਮ੍ਰਿਤਸਰ ਜ਼ਿਲ੍ਹੇ ਤੋਂ? ਹਾਂਜੀ ਹਾਂਜੀ। ਉਦੋਂ ਦੇ ਇੱਥੇ ਹੋ ਤੁਸੀਂ? ਉਦੋਂ ਦੇ ਉੱਥੇ ਤੇ ਉੱਥੇ ਜਿਹੜੇ ਜਾਵਾਂਗੇ ਫੇਰ ਇੱਕ ਬੰਦੇ ਗੱਲ ਲੱਗੂ ਤੇ ਲੰਗਰ ਖੀਰਾ ਕੜਾ ਚੇਲੇ ਹਰ ਇੱਕ ਚੀਜ਼ ਮਿਲ ਰਹੀ। ਲੱਗਦਾ ਕੱਲ ਨੂੰ ਫਿਰ ਅਗਲੇ ਪਾਸੇ ਨੂੰ ਚਾਲੇ ਪਾਉਣੇ? ਚਾਲੇ ਚਾਲੇ ਪਾ ਲੈ ਤੇ ਸਭ ਨੂੰ, ਅੱਜ ਤੋਂ ਪਾ ਲੈਣੇ ਜੇ ਨਾਲ ਹੋਇਆ ਤੇ। ਬਹੁਤ ਵਧੀਆ ਜੀ, ਬਹੁਤ। ਚਰਨਜੀਤ ਸਿੰਘ ਜੀ ਅੰਮ੍ਰਿਤਸਰ ਤੋਂ ਆ ਤੁਸੀਂ? ਅੰਮ੍ਰਿਤਸਰ ਤੋਂ ਜੀ। ਹਾਂਜੀ, ਕਿਵੇਂ ਵੇਖ ਰਹੇ ਆ ਸਾਰੇ ਵਰਤਾਰੇ ਨੂੰ ਜੋ ਕੁਝ ਹੋ ਰਿਹਾ ਸਾਰਾ? ਇਹ ਜ਼ੁਲਮੀ ਸਰਕਾਰ ਹੈ ਜੀ, ਇਹ ਕਿਸਾਨਾਂ ਨੂੰ ਵੇਖੋ। ਇਹ ਕਿਸਾਨ ਜਿਹੜੇ ਅੰਨਦਾਤਾ ਕਹਿੰਦੇ ਆਪਾਂ ਸਾਰੇ ਲੋਕਾਂ ਨੂੰ ਰਾਸ਼ਨ ਛਕਾਉਣੇ ਆ, ਤੇ ਇਹ ਧੱਕਾ ਕਰ ਰਹੀ ਹੈ ਸਰਕਾਰ। ਇਹ ਕੋਰਪੋਰੇਟ ਘਰਾਣਿਆਂ ਨੂੰ ਫਾਇਦਾ ਦਿਵਾਉਣ ਵਿੱਚ ਸਹਿਮਤੀ ਕਰ ਰਹੀ ਹੈ ਮੋਦੀ ਸਰਕਾਰ ਜਿਹੜੀ ਹੈ। ਹੋਰ ਵੀ ਆ, ਕਾਰਪੋਰੇਟ ਘਰਾਣੇ ਕਦੀ ਸੜਕਾਂ ਤੇ ਬਹਿ ਕੇ ਨਹੀਂ ਜਾਂ ਜੰਤਰ ਮੰਤਰ ਧਰਨਾ ਦੇ ਕੇ ਉਹਨਾਂ ਨੇ ਕਿਹਾ ਨਹੀਂ ਕਿ ਸਾਡਾ ਕਰਜ਼ਾ ਮਾਫ ਕਰ ਦਿਓ, ਹਨਾ? ਕਰਜ਼ੇ ਵੀ ਮਾਫ ਹੋ ਜਾਂਦੇ ਉਹਨਾਂ ਦੇ, ਤੁਸੀਂ ਤਾਂ ਸੜਕਾਂ ਤੇ ਬੈਠੇ ਹੋ, ਕਦੇ ਕਰਜ਼ਾ ਨਹੀਂ ਮਾਫ ਹੁੰਦਾ? ਸਾਡਾ ਕਰਜ਼ਾ ਕਿੱਥੇ ਮਾਫ ਹੁੰਦਾ ਜੀ, ਸਗੋਂ ਦੂਣਾ ਹੋਰ ਖਰਚੇ ਪਾ ਕੇ ਤੇ ਸਾਡੀਆਂ ਲਿਮਟਾਂ ਜਿਹੜੀਆਂ ਉਹ ਵਧਾਈਆਂ ਜਾਂਦੀਆਂ, ਤੇ ਇਹਨਾਂ ਦੇ ਬੈਠੇ ਬਿਠਾਇਆ ਹੀ ਕਰੋੜਾਂ ਲੱਖਾਂ ਰੁਪਈਆਂ ਦੇ ਕਰਜ਼ੇ ਮਾਫ ਕੀਤੇ ਜਾਂਦੇ ਆ। ਉਹ ਵੀ ਸਾਡੀ ਮੰਗ ਆ ਕਿ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਵੀ ਮਾਫ ਕੀਤੇ ਜਾਣ। ਹੋਰ ਵੀ ਸਾਡੀਆਂ ਬਹੁਤ ਜ਼ਿਆਦੀਆਂ ਮੰਗਾਂ, ਜਿਵੇਂ ਤੁਹਾਨੂੰ ਪਤਾ MSP ਸਵਾਮੀਨਾਥਨ ਦੀ ਰਿਪੋਰਟ ਜਿਹੜੀ ਇਹਨਾਂ ਨੇ ਆਪ ਉਦੋਂ ਸਮਝ ਕੀਤਾ ਸੀ ਆਪਣਾ ਪੂਰੀ ਦੁਨੀਆ ਦੇ ਵੀ ਕਿਸਾਨ ਕਿਉਂ ਫਾਹ ਲੈ ਕੇ ਖੁਦਕੁਸ਼ੀਆਂ ਕਰ ਰਹੇ ਆ, ਤੇ ਉਦੋਂ ਇਹਨਾਂ ਨੇ ਸਾਰਾ ਕਢਾਇਆ ਸੀਗਾ, ਸਵਾਮੀਨਾਥਨ ਨੇ ਕੱਢਿਆ ਸੀ ਵੀ ਇਹ ਕਿਸਾਨਾਂ ਦੀ ਜਿਹੜੀ ਆਇਆ ਦੁੱਗਣੀ ਕੀਤੀ ਜਾਵੇ, ਇਹਨਾਂ ਨੂੰ ਪਲੱਸ ਆਪਣਾ ਖੇਤੀਬਾੜੀ ਦਾ ਜਿਹੜਾ ਦੁੱਗਣਾ ਮੁੱਲ ਮਿਲੇ, ਅਤੇ ਤਾਂ ਹੀ ਇਹ ਆਤਮ ਹੱਤਿਆ ਕਰਨ ਨੂੰ ਰੁਕਣਗੇ। ਅਤੇ ਉਹ ਸਵਾਮੀਨਾਥਨ ਦੀ ਰਿਪੋਰਟ ਵੀ ਨਹੀਂ ਲਾਗੂ ਕੀਤੀ ਜਾ ਰਹੀ ਜੀ। ਕਿਸਾਨੀ ਪ੍ਰੋਫਿਟ 'ਚ ਹੋਊਗੀ, ਨੁਕਸਾਨ ਨਹੀਂ ਹੋਊਗਾ ਕਿਸਾਨੀ ਦਾ, ਅਤੇ ਕੁਛ ਨਾ ਕੁਛ ਮਿਲੇ ਕਿਸਾਨ ਨੂੰ, ਅਤੇ ਉਹਦੇ ਨਾਲ ਫਿਰ ਆਮ ਆਤਮ ਹੱਤਿਆਵਾਂ ਨਹੀਂ ਹੋਣਗੀਆਂ। ਬਿਲਕੁਲ ਬਿਲਕੁਲ ਜੀ, ਤਾਂ ਹੀ ਆਤਮ ਹੱਤਿਆ ਹੋ ਰਹੀਆਂ ਜੀ। ਦੂਜੇ ਪਾਸੇ ਤੰਜ ਕੱਸੇ ਜਾਂਦੇ ਆ ਨਾ, ਇੱਥੇ ਕਾ ਜੋ ਵੀਰ ਮੇਰਿਆ, ਕਹਿੰਦੇ ਕਿ ਕਿਸਾਨਾਂ ਕੋਲ ਤਾਂ 50-50 ਲੱਖ ਦੀਆਂ ਗੱਡੀਆਂ, ਵੱਡੇ ਵੱਡੇ ਟਰੈਕਟਰਾਂ ਲੈ ਕੇ ਸੜਕਾਂ ਤੇ ਬੈਠੇ ਆ, ਪ੍ਰਸ਼ਾਦਾ ਪਾਣੀ ਖੁੱਲ੍ਹਾ ਚੱਲਣ ਡਿਆ, ਕਿਹੜੀ ਲੋੜ ਪੈ ਗਈ ਪੈਸਿਆਂ ਦੀ ਇਹਨਾਂ ਨੂੰ? ਫਿਰ ਕੀ ਲੱਗਦਾ? ਕਈ ਲੋੜਾਂ ਮਜ਼ਬੂਰੀਆਂ ਕਰਾਉਂਦੀਆਂ ਜੀ, ਉੱਦਾਂ ਹੁਣ ਇੱਥੇ ਅਸੀਂ ਕਿਸਾਨ ਜਿੰਨੇ ਵੀ ਬੈਠੇ ਆ ਸਭ ਮਜ਼ਬੂਰੀ ਨੂੰ ਬੈਠੇ ਆ, ਆਪਣਾ ਘਰੋਂ ਕੰਮ ਛੱਡ ਕੇ ਇੱਕ 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 ਬੰਦੇ ਨੇ ਕਾਰਨ ਕਿੰਨੇ ਕਿਸਾਨ ਇੱਥੇ ਖਰਾਬ ਹੋਣ ਡੇ, ਹੈ ਨਾ? ਨਹੀਂ ਜੇ ਇੱਕ ਮਿੰਟ ਵੀ ਕਿਸੇ ਕੋਲ ਆਪਣਾ ਟਾਈਮ ਨਹੀਂ ਹੈਗਾ, ਘਰਾਂ ਦੇ ਗੁਜ਼ਾਰੇ ਆਪੋ ਆਪਣੇ ਬੰਦਾ ਕਿਰਤ ਕਰਕੇ ਕਿਸਾਨ ਕਰਦਾ। ਜਿਹੜੇ ਗੱਡੀਆਂ ਦੀ ਗੱਲ ਹੁੰਦੀ, ਕਹਿੰਦੇ ਕਿ ਕਿਸਾਨਾਂ ਕੋਲ ਗੱਡੀਆਂ 50-50 ਲੱਖ ਦੀਆਂ ਗੱਡੀਆਂ ਵਾ, 20-30 ਲੱਖ ਦੇ ਟਰੈਕਟਰ ਆ, ਸ਼ਾਇਦ ਉਹ ਨਹੀਂ ਦੇਖਦਾ ਕਿ ਸਾਡੀ ਨੌਜਵਾਨੀ ਤੇ ਬਾਹਰ ਬੈਠੀ ਹੋਈ ਆ, ਤੇ ਹੱਡ ਭੰਨਵੀਂ ਕਿਰਤ ਵੀ ਕੀਤੀ ਜਾਂਦੀ ਆ, ਉਹ ਭਾਵੇਂ ਖੇਤਾਂ 'ਚ ਹੋਵੇ ਭਾਵੇਂ ਵਿਦੇਸ਼ਾਂ ਜਾ ਕੇ ਹੋਵੇ। ਮੈਨੂੰ ਲੱਗਦਾ ਕਿ ਜੇ ਪੰਜਾਬ ਦੀ ਬਹੁਤਾਤ ਨੌਜਵਾਨੀ ਇਸ ਟਾਈਮ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਹਰ ਬੈਠੀ ਆ, ਤੇ ਉੱਥੇ ਹੱਡ ਭੰਨਵੀਂ ਮਿਹਨਤ ਕਰਕੇ ਤੇ ਉਹ ਆਪਣੇ ਮਾਂ ਬਾਪ ਵਾਸਤੇ ਸੋਚਣਾ ਬਣਦਾ ਹੀ ਹੈ ਨਾ ਫਿਰ, ਕਿਉਂਕਿ ਏਦਾਂ ਹੀ ਹੁੰਦਾ ਨਾ। ਇੱਕ ਪਾਸੇ ਮਾਂ ਬਾਪ ਜਿਹੜਾ ਆਪਾਂ 5 ਸਾਲ ਬਾਅਦ ਚੁਣਦੇ ਆ ਸਰਕਾਰ ਹੁੰਦੀ ਆ, ਤੇ ਇੱਕ ਮਾਤਾ ਪਿਤਾ ਜਿੱਦਾਂ ਹੁਣ ਸਾਡੇ ਬੱਚੇ ਮੰਨ ਲਓ ਬਾਹਰ ਹੋਣਗੇ ਤਾਂ ਮਾਂ ਪਿਓ ਸੋਚਣਗੇ ਨਾ, ਤੇ ਜਦੋਂ ਕੋਈ ਗੱਡੀ ਹੈ ਨੀ ਉਹਨੂੰ ਕਿਸੇ ਨੂੰ ਛੋਟੀ ਗੱਡੀ ਕਿਸੇ ਨੂੰ ਵੱਡੀ ਗੱਡੀ, ਪਰ ਉਹ ਕੋਈ ਦੁੱਖ ਦੀਆਂ ਗੱਡੀਆਂ ਇਹਨਾਂ ਨੂੰ।
ਉਹ ਤਾਂ ਬੱਚੇ ਇਹਨਾਂ ਨੂੰ ਸਰਕਾਰ ਨੂੰ ਦੱਸਦੀਆਂ ਸਾਡੇ ਬੱਚੇ ਉੱਥੇ ਰਾਤ ਦਿਨ ਨਹੀਂ ਬਹਿੰਦੇ, ਭੁੱਖੇ ਰਹਿ ਕੇ ਕਮਾਈ ਕਰਦੇ ਆ, ਫਿਰ ਉਹ ਸਾਨੂੰ ਪੈਸੇ ਪਾ ਕੇ ਤੇ ਸਾਨੂੰ ਗੱਡੀਆਂ ਲੈ ਕੇ ਦਿੰਦੇ ਆ। ਇਹ ਸਰਕਾਰ ਨੂੰ ਦੁਖਦੀਆਂ ਏ ਵੀ ਗੱਡੀਆਂ ਕਿੱਥੋਂ ਲਈਆਂ, ਪਰ ਗੱਡੀਆਂ ਉਹ ਬੱਚੇ ਜਦੋਂ ਉੱਥੇ ਜਾ ਜਾ ਕੇ ਆਪਣੀ ਕਮਾਈ ਕਰਦੇ, ਰਾਤ ਦਿਨ ਨਹੀਂ ਬਹਿੰਦੇ, ਰਾਤ ਭੁੱਖੇ ਕਮਾਈ ਕਰਦੇ ਆ, ਤੇ ਫਿਰ ਉਹ ਸਾਨੂੰ ਵੇਖੋ ਸਰਕਾਰ 25 ਸਾਲ ਨਹੀਂ ਦੇਣੀ ਸਹੂਲਤ, ਤੇ ਸਾਡੇ ਬੱਚੇ ਸਾਨੂੰ ਸਹੂਲਤ ਨਹੀਂ ਦੇ ਸਕਦੇ। ਜਿਗਰ ਦਾ ਟੁਕੜਾ ਜਿਹੜਾ ਹੁੰਦਾ ਵਾ ਤੋੜ ਦਿੱਤਾ ਜਾਂਦਾ ਵਾ, ਕਿਤੇ ਕਈ ਕਈ ਸਾਲ ਫਿਰ ਫੋਨ ਤੇ ਹੀ ਗੱਲਾਂ ਹੁੰਦੀਆਂ ਹਨਾ, ਜਾਂ ਵੀਡੀਓ ਕਾਲ ਕਿਤੇ ਕਰ ਲਈ, ਕਈ ਕਈ ਸਾਲ ਉਹ ਜਿਹੜਾ ਪਿਆਰ ਹੁੰਦਾ ਨਾ ਜੋ ਜੱਫੀ ਪਾ ਕੇ ਪੋ ਪੋਤਾ ਦਾ ਹੁੰਦਾ, ਮਾਂ ਪੋ ਦਾ ਹੁੰਦਾ, ਉਹ ਤੋਂ ਵਾਂਝਿਆ ਹੋ ਜਾਂਦੇ ਮਾਂ ਪਿਓ ਹਨਾ, ਇਸ ਚੀਜ਼ ਤੋਂ ਵਾਂਝਿਆ ਹੋ ਜਾਂਦਾ। ਹਾਂਜੀ, ਕਈ ਪਰਿਵਾਰ ਇਸੋ ਜਿਹੇ ਆ ਵੀ ਬੱਚੇ ਆਣ ਕੇ ਪਿਓ ਦਾ ਮੂੰਹ ਹੀ ਨਹੀਂ ਦੇਖਦੇ, ਬਿਲਕੁਲ ਉਹ ਰਹਿ ਜਾਂਦੇ ਆ ਵੀ ਉੱਥੇ ਹੀ ਰਹਿ ਜਾਂਦੇ, ਵਾਂਝੇ ਹੀ ਰਹਿ ਜਾਂਦੇ ਇਸ ਗੱਲ ਤੋਂ ਵੀ ਉਹ ਵਿਚਾਰਾ ਸਾਰੀ ਉਮਰ ਕਮਾਈ ਕਰਦਾ, ਬੇਟੇ ਨੂੰ ਉੱਥੇ ਭੇਜਦਾ, ਉਹ ਉੱਥੋਂ ਕਮਾਈ ਕਰਕੇ ਭੇਜਦਾ ਇਹਨਾਂ ਨੂੰ, ਪਰ ਇਹਨਾਂ ਦਾ ਜਦੋਂ ਕਿਤੇ ਡੈਥ ਹੋ ਜਾਂਦੀ ਗੱਲ, ਉਹ ਮੂੰਹ ਵੀ ਨਹੀਂ ਵੇਖਣ ਤੱਕ ਪਹੁੰਚਦੇ ਵੇਖੋ, ਤੇ ਅਸੀਂ ਦਵਾਈ ਵੀ ਸਾਨੂੰ ਨਹੀਂ ਦਵਾ ਸਕਦੇ, ਉਹ ਦੂਸਰੇ ਨੂੰ ਲਾਗੋਂ ਲੈ ਕੇ ਅਸੀਂ ਦਵਾਈਆਂ ਲੈਂਦੇ ਹਾਂ। ਇੱਥੇ ਸਾਰਾ ਕੁਛ ਮਿਲਦਾ ਹੋਵੇ, ਜੇ ਨੌਕਰੀਆਂ ਇੱਥੇ ਮਿਲਦੀਆਂ ਹੋਣ, ਸਾਰਾ ਕੁਛ ਇੱਥੇ ਮਿਲੇ, ਤੇ ਇਹ ਵੀ ਪ੍ਰਵਾਸ ਨਾ ਹੋਵੇ ਨੌਜਵਾਨ। ਹਾਂਜੀ, ਜੇ ਇੱਥੇ ਨੌਕਰੀਆਂ ਲੈਣ ਤੇ ਫਿਰ ਸਾਨੂੰ ਕੀ ਲੋੜ ਆ ਬੇਟਿਆਂ ਨੂੰ ਬਾਹਰ ਭੇਜਣ ਦੀ, ਫਿਰ ਇੱਥੇ ਕਮਾਈ ਕਰਨ, ਸਾਨੂੰ ਸਾਂਭਣ, ਸਾਨੂੰ ਕੋਈ ਦਵਾਈ ਦਾਰੂ ਦੇਣ, ਫਸਲ ਦਾ ਮੁੱਲ ਪੂਰਾ ਮਿਲੇ, ਤੇ ਸਾਨੂੰ ਲੋੜ ਹੀ ਨਹੀਂ ਬਾਹਰ ਬੇਟਿਆਂ ਭੇਜਣ ਦੀ, ਉਹਨਾਂ ਤੋਂ ਅਸੀਂ ਇਕੱਲੇ ਰਹਿ ਗਏ। ਉਹ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਹੀ ਮਾਂ ਪਿਓ ਕਈਆਂ ਦੇ ਇਸ ਤਰ੍ਹਾਂ ਹੀ ਸ਼ਹੀਦ ਹੋ ਗਿਆ, ਤੇ ਉਹ ਮੂੰਹ ਨਹੀਂ ਦੇਖ ਸਕੇ, ਛੁੱਟੀ ਨਹੀਂ ਮਿਲੀ, ਮੂੰਹ ਨਹੀਂ ਦੇਖ ਸਕੇ। ਬਿਲਕੁਲ, ਇਹ ਤ੍ਰਾਸਦੀ ਵੀ ਆ ਪੰਜਾਬ ਦੀ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜਦੋਂ ਸਰਕਾਰਾਂ ਨੇ ਨਹੀਂ ਸੋਚਿਆ ਉਹ ਤੋਂ ਬਾਅਦ ਸਾਡਾ ਪ੍ਰਵਾਸ ਹੋਇਆ, ਤੇ ਹੁਣ ਦੀ ਜੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇੱਕ ਨਸ਼ਾ ਜਿਹੜਾ ਕਿ ਕਈ ਸਰਕਾਰਾਂ ਨੇ ਕਿਹਾ ਕਿ ਅਸੀਂ ਨਸ਼ੇ ਦਾ ਲੱਕ ਤੋੜ ਦਾਂਗੇ, ਕਿਸੇ ਨੇ ਕਿਹਾ ਤਾਂ ਅਸੀਂ ਘਰ ਘਰ ਨੌਕਰੀ ਦਾ ਨੁਕਸਾਨ ਤੇ ਪੰਜਾਬ ਦਾ ਹੀ ਹੋਇਆ, ਜਾਂ ਨੌਜਵਾਨੀ ਪ੍ਰਵਾਸ ਕੀਤੀ, ਤੇ 80 ਤੋਂ 90 ਦਾ ਦਹਾਕਾ ਵੀ ਇਹੋ ਜਿਹਾ ਸੀ ਜਿਹ ਚ ਸਵੇਰ ਦੇ ਸਮੇਂ ਬੱਚਾ ਘਰੋਂ ਚਲਾ ਜਾਂਦਾ ਸੀ ਤੇ 80 ਤੋਂ 90 ਦਾ ਦਹਾਕਾ ਇਹੋ ਜਿਹਾ ਕਿ ਸ਼ਾਮਾਂ ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਨੌਜਵਾਨ ਨੇ ਘਰੇ ਮੁੜਨਾ ਕਿ ਨਹੀਂ ਮੁੜਨਾ। ਉਦੋਂ ਸਰਕਾਰ ਵੱਲੋਂ ਜੋ ਕੀਤਾ ਜਾਂਦਾ ਸੀ, ਪ੍ਰਸ਼ਾਸਨ ਵੱਲੋਂ ਜੋ ਕੀਤਾ ਜਾਂਦਾ ਸੀ, ਉਹ ਵੀ ਸ਼ਰੇਆਮ ਸੀ। ਤੁਰੇ ਤੁਰੇ ਜਾਂਦੇ ਬੰਦੇ ਨੂੰ ਅਰੈਸਟ ਕਰ ਲਿਆ ਜਾਂਦਾ ਸੀ, ਤੇ ਉਸ ਤੋਂ ਬਾਅਦ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣੇ। 25,000 ਲਾਸ਼ਾਂ ਦੀ ਗਿਣਤੀ ਖਾਲੜਾ ਸਾਹਿਬ ਨੇ ਕਰਕੇ ਦੇਤੀ ਸੀ, 25,000 ਸੀ ਉਹ ਗਿਣਤੀ, ਤੇ ਉਹ ਤੋਂ ਕਈ ਗੁਣਾ ਵੱਧ ਹੋ ਸਕਦੀ ਆ। ਕਈ ਮਾਝੇ ਦੇ ਪਿੰਡ ਆ ਜਿੱਥੋਂ ਕਹਿੰਦੇ ਬਰਾਤਾਂ ਨਹੀਂ ਚੜ੍ਹੀਆਂ। 84 ਦਾ ਸੰਤਾਪ ਹੰਢਾਇਆ ਪੰਜਾਬ ਨੇ, ਭਾਵੇਂ ਉਹ ਕਾਨਪੁਰ ਹੋਵੇ, ਭਾਵੇਂ ਦਿੱਲੀ 'ਚ ਬੈਠੇ ਹੋਣ ਲੋਕ, ਜਾਂ ਬੋਕਾਰੋ ਦੀ ਧਰਤੀ, ਜਾਂ ਵੱਖ ਵੱਖ ਥਾਂ ਤੋਂ। 47 ਦੇ ਵਿੱਚ ਵੰਡ ਹੋਈ, ਤੇ ਜੇ ਹਿੱਕ ਪਾੜ ਕੇ ਪੰਜਾਬ ਦੀ ਦੋ ਪੰਜਾਬਾਂ ਪੰਜਾਬ ਨੂੰ ਦੋ ਪਾਸੇ ਵੰਡ ਦਿੱਤਾ ਗਿਆ। 66 ਦੇ ਵਿੱਚ ਜੋ ਕੁਛ ਹੋਇਆ, 66 ਦੀ ਵੰਡ ਤੋਂ ਬਾਅਦ ਦੇ ਵਿੱਚ ਹਿਮਾਚਲ ਜੰਮੂ ਨਿਕਲ ਜਾਂਦਾ, ਇਹਦੇ ਵਿੱਚ ਤਾਂ ਪੰਜਾਬ ਇੱਕ ਛੋਟਾ ਸੂਬਾ ਰਹਿ ਜਾਂਦਾ ਵਾ। ਨੁਕਸਾਨ ਹਮੇਸ਼ਾ ਹੀ ਪੰਜਾਬ ਦਾ ਹੋਇਆ, 84 ਦੇ ਵਿੱਚ, 47 ਦੇ ਵਿੱਚ, 66 ਦੇ ਵਿੱਚ ਵੀ, ਤੇ ਪੰਜਾਬ ਅਜੇ ਵੀ ਸੰਤਾਪ ਹੰਢਾ ਰਿਹਾ। ਹਾਂ, ਕ੍ਰਾਂਤੀਆਂ ਦੀ ਜਦੋਂ ਗੱਲ ਹੁੰਦੀ ਆ, ਉਦੋਂ ਕਹਿੰਦੇ ਉੱਠਦੀ ਕ੍ਰਾਂਤੀ ਵੀ ਪੰਜਾਬ ਤੋਂ ਹੀ ਆ, ਤੇ ਇਹ ਵੀ ਕ੍ਰਾਂਤੀ ਤੁਸੀਂ ਵੇਖ ਰਹੇ ਹੋ। ਆਪਣੀ ਆਵਾਜ਼ ਚੁੱਕਣ ਵਾਸਤੇ ਇਹ ਜਿਹੜੇ ਲੋਕ ਆ ਫੇਰ ਅੱਜ ਉੱਠੇ ਆ, ਤੇ ਫੇਰ ਸੜਕਾਂ ਤੇ ਆ। ਉਧਰਲੇ ਪਾਸੇ ਕੇਂਦਰ ਵੀ ਲੱਗਦਾ ਸੀ ਕਿਤੇ ਨਾ ਕਿਤੇ, ਸ਼ਹਿਰ ਦਾ ਲੱਗਦਾ ਸੀ, ਪਰ ਉਹ ਜਿਹੜੀਆਂ 4 ਗੇਟ ਦੀਆਂ ਮੀਟਿੰਗਾਂ ਹੋਈਆਂ, 4 ਗੇਟ ਦੀਆਂ ਮੀਟਿੰਗਾਂ ਦੇ ਵਿੱਚ ਵੀ ਕੋਈ ਮਸਲੇ ਦਾ ਹੱਲ ਨਹੀਂ ਸੀ ਹੋ ਸਕਿਆ। ਉਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਨੇ ਕਹਿਤਾ ਕਿ ਜਿਹੜੀ ਤੁਸੀਂ ਸਾਨੂੰ ਪ੍ਰਪੋਜ਼ਲ ਦਿੱਤੀ ਆ, ਉਹ ਪ੍ਰਪੋਜ਼ਲ ਸਾਨੂੰ ਮਨਜ਼ੂਰ ਨਹੀਂ, ਜੇ ਤੇ ਸਾਰੀਆਂ ਫਸਲਾਂ ਤੇ MSP ਆਉਂਦੀ ਆ ਤੇ ਫਿਰ ਹੀ ਗੱਲ ਕਰਾਂਗੇ ਅਸੀਂ, ਨਹੀਂ ਤੇ ਫਿਰ 11 ਵਜੇ 21 ਤਰੀਕ ਨੂੰ ਅਗਲੇ ਪਾਸੇ ਕੂਚ ਕੀਤਾ ਜਾਊਗਾ। ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹੋਰ ਅਗਲੀਆਂ ਤਸਵੀਰਾਂ ਵੀ ਨਾਲ ਸਾਂਝੀਆਂ ਕਰਾਂਗੇ, ਤੇ ਜਿਵੇਂ ਇੱਥੇ ਸੇਵਾਵਾਂ ਦਾ ਜ਼ਿਕਰ ਕਰੀਏ, ਇੱਕ ਤਸਵੀਰ ਅਮਨ ਨੇ ਵੀ ਦਿਖਾਲ ਦਿਓ ਕਿ ਗੱਡੀ ਦੇ ਉੱਤੇ ਇੱਕ ਛੋਟੀ ਜਿਹੀ ਬੱਚੀ ਆਈ ਹੋਈ ਆ, ਨਾਲ ਦਾ ਪਰਿਵਾਰ ਆ, ਸ਼ਾਇਦ ਜਾਂ ਇਲਾਕੇ ਤੋਂ ਹੋਣਗੇ ਵੀਰ, ਤੇ ਆਣ ਕੇ ਤੇ ਫਰੂਟ ਦਾ ਲੰਗਰ ਲਾਤਾ ਵਾ। ਜਿਵੇਂ ਹੁਣੇ ਬਾਬੇ ਦੱਸ ਰਹੇ ਸੀ ਕਿ ਇੱਥੇ ਹਰ ਇੱਕ ਚੀਜ਼ ਮਿਲਦੀ ਆ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਕਿਉਂਕਿ ਇਸ ਟਾਈਮ ਅਸੀਂ ਉਹ ਪੁਲ ਤੇ ਹਾਂ, ਇਸ ਪੁਲ ਤੋਂ ਦੂਰ ਤੱਕ ਦਾ ਸਫ਼ਰ ਤੁਹਾਨੂੰ ਦਿਖਾਈ ਦੇ ਰਿਹਾ। ਇੱਕ ਇਹ ਤਸਵੀਰ ਦਿਖਾਲ ਦਿਓ ਜਿੱਥੇ ਸਾਰੇ ਝੰਡੇ ਝੂਲਣ ਡਏ ਆ, ਉੱਥੇ ਨਿਸ਼ਾਨ ਸਾਹਿਬ ਵੀ ਟਰੱਕਾਂ ਦੇ ਉੱਤੇ, ਗੱਡੀਆਂ ਦੇ ਉੱਤੇ, ਤੇ ਉਧਰਲੇ ਪਾਸੇ ਵੀ ਝੂਲਣ ਡਿਆ ਨਿਸ਼ਾਨ ਸਾਹਿਬ, ਜਿਹੜੇ ਨਿਸ਼ਾਨ ਸਾਹਿਬ ਨੇ ਅਗਵਾਈ ਕੀਤੀ, ਉਹ ਨਿਸ਼ਾਨ ਸਾਹਿਬ ਇਸ ਟਾਈਮ ਤੇ ਵੇਖ ਸਕਦੇ ਆ ਤੁਸੀਂ ਕਿ ਸ਼ੰਭੂ ਜਾਂ ਖਨੌਰੀ ਦੇ ਬਾਰਡਰ ਦੀਆਂ ਜਿਹੜੀਆਂ ਪਹਿਲੀਆਂ ਤਸਵੀਰਾਂ ਤੁਹਾਨੂੰ ਦਿਖਣਗੀਆਂ, ਉਹਦੇ ਵਿੱਚ ਨਿਸ਼ਾਨ ਸਾਹਿਬ ਝੂਲਦਾ ਜ਼ਰੂਰ ਦਿਖਾਈ ਦੇਵੇਗਾ ਤੁਹਾਨੂੰ। ਉਸ ਗੱਡੀ ਦੇ ਅਸੀਂ ਨੇੜੇ ਆ ਚੁੱਕੇ ਹਾਂ ਜਿਹੜੀ ਗੱਡੀ ਤੁਹਾਨੂੰ ਉੱਪਰੋਂ ਦਿਖਾਲੀ ਸੀ, ਤੇ ਛੋਟੀ ਜਿਹੀ ਬੱਚੀ ਹੈ, ਤੇ ਨਾਲ ਉਹਨਾਂ ਦਾ ਪਰਿਵਾਰ ਜਿਹੜਾ ਵਾ ਇਸ ਟਾਈਮ ਦੇ ਉੱਤੇ ਜੋ ਪ੍ਰਸ਼ਾਦ ਲੈ ਕੇ ਇੱਥੇ ਪਹੁੰਚਿਆ ਵਾ, ਕਿਉਂਕਿ ਜਦੋਂ ਲੰਗਰ ਦੇ ਵਿੱਚ ਚੀਜ਼ ਆ ਜਾਂਦੀ ਹੈ ਨਾ, ਤੇ ਉਹ ਪ੍ਰਸ਼ਾਦ ਦਾ ਰੂਪ ਧਾਰਨ ਕਰ ਲੈਂਦੀ ਆ, ਸ਼ਾਇਦ ਉਦਾਂ ਅਸੀਂ ਕੇਲੇ ਜਾਂ ਸੰਤਰੇ ਕਵਾਂਗੇ, ਪਰ ਜਦੋਂ ਲੰਗਰ ਦੇ ਵਿੱਚ ਆ ਜਾਂਦੀ ਚੀਜ਼ ਤੇ ਉਹ ਪ੍ਰਸ਼ਾਦ ਹੋ ਜਾਂਦੀ ਹੈ। ਤੇ ਇਸ ਟਾਈਮ ਤੇ ਛੋਟੀ ਜਿਹੀ ਬੱਚੀ ਨਾਲ ਪਹਿਲਾਂ ਗੱਲਬਾਤ ਕਰਦੇ, ਹੋਰ ਜੀ ਠੀਕ ਹੋ ਤੁਸੀਂ? ਹਾਂਜੀ। ਕੀ ਨਾਮ ਜੀ ਤੁਹਾਡਾ? ਖੁਸ਼ਪ੍ਰੀਤ ਕੌਰ। ਖੁਸ਼ਪ੍ਰੀਤ ਕੌਰ, ਖੁਸ਼ਪ੍ਰੀਤ ਕੀ ਲੈ ਕੇ ਆਏ ਹੋ ਅੱਜ ਤੁਸੀਂ? ਕੇਲੇ ਤੇ ਸੰਤਰੇ। ਕੇਲੇ ਤੇ ਸੰਤਰੇ ਲੈ ਕੇ ਆਏ ਹੋ? ਕੌਣ ਕੌਣ ਆਏ ਤੁਹਾਡੇ ਨਾਲ? ਕੌਣ ਕੌਣ? ਮੇਰੇ ਪਾਪਾ ਤੇ ਚਾਚੂ ਤੇ ਦਾਦਾ।
ਪ੍ਰਸ਼ਾਦ ਲੈ ਕੇ ਪਹੁੰਚ ਚੁੱਕੀਆਂ ਹੈ ਖਾਣ ਪੀਣ ਵਾਸਤੇ। ਤੇ ਪਤਾ ਕਿੱਥੇ ਹੋ ਤੁਸੀਂ ਆਏ ਹੋਏ? ਇੱਥੇ ਕੌਣ ਸ਼ੰਭੂ ਵਾਟਰ ਸ਼ੰਭੂ ਵਾਟਰ ਤੇ ਕੌਣ ਬੈਠੇ ਇੱਥੇ? ਕਿਸਾਨ ਕਿਸਾਨ ਪੜ੍ਹਦੇ ਹੋ ਤੁਸੀਂ? ਹਾਂਜੀ। ਕਿਹੜੀ ਕਲਾਸ ਦੇ ਵਿੱਚ? ਦੂਜੀ। ਦੂਜੀ ਕਲਾਸ 'ਚ। ਨਾਮ ਕੀ ਦੱਸਿਆ ਸੀ ਕਿ ਦੁਬਾਰਾ ਦੱਸਿਓ? ਖੁਸ਼ਪ੍ਰੀਤ ਕੌਰ। ਉਮਰ ਕਿੰਨੀ ਆ? 8 ਸਾਲ। ਖੁਸ਼ਪ੍ਰੀਤ ਕੌਰ ਆ ਤੇ 8 ਸਾਲ ਦੀ ਬੱਚੀ ਆ, ਉਹ ਕਹਿੰਦੀ ਕਿ ਮੇਰਾ ਦਾਦੂ ਆਇਆ, ਮੇਰਾ ਚਾਚਾ ਜੀ ਆਏ ਆ, ਮੇਰੇ ਪਾਪਾ ਆਏ ਆ, ਤੇ ਸਾਰਾ ਪਰਿਵਾਰ ਹੀ ਕਹਿ ਸਕਦੇ ਆ ਕਿ ਉਹ ਇਸ ਟਾਈਮ ਤੇ ਇੱਥੇ ਪਹੁੰਚਿਆ ਵਾ ਪ੍ਰਸ਼ਾਦ ਪਾਣੀ ਲੈ ਕੇ। ਇਹਨਾਂ ਨਾਲ ਗੱਲਬਾਤ ਕਰਾਂਗੇ, ਪਰ ਇੱਕ ਤਸਵੀਰ ਇੱਧਰ ਦੀ ਅਮਨ ਦਿਖਾ ਦਿਓ, ਨਾਲੇ ਵੀਰਾਂ ਨਾਲ ਗੱਲਬਾਤ ਕਰ ਲਈਏ, ਕਿਉਂਕਿ ਗੱਡੀ ਤੇ ਅਸੀਂ ਕਿਤੇ ਚੱਲੇ ਆ, ਨਾਲੇ ਗੱਲਬਾਤ ਕਰ ਲੈਂਦੇ ਆ, ਫਿਰ ਉਹਨਾਂ ਦੇ ਪੂਰੇ ਪਰਿਵਾਰ ਨਾਲ ਜਿਹੜਾ ਕਿ ਪ੍ਰਸ਼ਾਦ ਪਾਣੀ ਲੈ ਕੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਹੋਰ ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਹੜੀ ਜਗ੍ਹਾ ਤੋਂ ਆਏ ਤੁਸੀਂ? ਗੁਰਦਾਸਪੁਰ ਤੋਂ ਜੀ। ਹਾਂਜੀ, 13 ਤਰੀਕ ਦੇ ਜਦੋਂ ਦੇ ਆ ਜੀ। ਹਾਂਜੀ, ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਜੀ ਜੀ। ਹਾਂ, ਮੈਂ ਜਨਰਲ ਸੈਕਟਰੀ ਹਾਂ ਜੀ ਮਾਝਾ ਕਿਸਾਨ ਕਮੇਟੀ ਦਾ। ਦੇਖੋ, ਅੰਦੋਲਨ ਸਾਡੀਆਂ ਨਸਲਾਂ ਦਾ ਆ, ਫਸਲਾਂ ਦਾ ਘਾਟ ਆ, ਨਸਲਾਂ ਦਾ ਜ਼ਿਆਦਾ ਹੋ ਗਿਆ ਹੁਣ, ਕਿਉਂਕਿ ਇੱਕ ਪਾਸੇ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹ ਜਿਸ ਤਰ੍ਹਾਂ ਦਾ ਆਪਣੇ ਧਾਰਮਿਕ ਰੰਗ ਨਾਲ ਜਿਹੜੀ ਗੁਲਾਮੀ 'ਚੋਂ ਬਾਹਰ ਨਿਕਲੀ ਹੈ ਨਾ ਇੱਕਦਮ, ਤਾਂ ਉਹ ਸਾਨੂੰ ਦੂਜੀਆਂ ਕੌਮਾਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਕਰਾ ਰਹੀਆਂ ਨੇ ਵੀ ਤੁਸੀਂ ਗੁਲਾਮ ਜੋ, ਅਸੀਂ ਆਜ਼ਾਦ ਹੈ, ਜਿਸ ਤਰ੍ਹਾਂ ਦਾ ਹਿਸਾਬ ਤਾਬ ਇਹਨਾਂ ਨੇ ਬਣਾ ਲਿਆ ਨਾ ਲੱਗਦਾ, ਉਹ ਇਸ ਕਰਕੇ ਸਾਨੂੰ ਜਿਹੜੇ ਗੁਲਾਮੀ 'ਚੋਂ ਨਿਕਲਣ ਵਾਸਤੇ ਸਾਡੀਆਂ ਫਸਲਾਂ, ਉਹਨਾਂ ਦਾ ਇੱਕ ਹੁੰਦਾ ਵੀ ਬੰਦੇ ਨੂੰ ਰੋਟੀ ਤੱਕ ਮੁਹਤਾਜ ਕਰ ਦਿਓ, ਜਿਹੜੀ ਨੀਅਤ ਸਰਕਾਰ ਦੀ ਆ ਵੀ ਰੋਟੀ ਤੱਕ ਮੁਹਤਾਜ ਕਰ ਦਿਓ, ਇਹ ਸਾਡੇ ਟਰੈਕਟਰ ਸਾਡੀਆਂ ਗੱਡੀਆਂ ਇਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਇਸ ਕਰਕੇ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਲਈ ਫਿਰਦੇ ਹੋ, ਫਿਰ ਐਵੇਂ MSP ਕਿਉਂ ਮੰਗੀ ਜਾਂਦੇ ਹੋ? ਇਹ ਵੀ ਕਿਹਾ ਜਾਂਦਾ ਉਧਰਲੇ ਪਾਸੇ ਸਾਡੀ ਮਿਹਨਤ ਸਿੱਟਾ ਆ, ਸਾਡੇ ਇੱਕ ਸਾਡੀ ਮਿਹਨਤ ਸਿੱਟਾ ਹੈ, ਦੂਸਰਾ ਸਾਡੇ ਬੱਚੇ ਜਿਹੜੇ ਆ ਪੜ੍ਹ ਲਿਖ ਕੇ ਕੁਝ ਵੱਡੇ ਰੁਜ਼ਗਾਰਾਂ ਦੇ ਲੱਤ ਚਲੇ ਗਏ, ਕੁਝ ਸਿਆਣੇ ਹੋ ਗਏ, ਕੁਝ ਬਾਹਰਲੇ ਮੁਲਕਾਂ ਚਲੇ ਗਏ, ਉੱਥੋਂ ਕਮਾਈ ਕਰਕੇ ਜਿਹੜੇ ਇੱਥੇ ਭੇਜੇ ਸਾਡੀਆਂ ਗੱਡੀਆਂ ਉਹ ਨੇ, ਇਹਨਾਂ ਨੂੰ ਲੱਗਦਾ ਵੇਖੋ ਖੇਤੀਬਾੜੀ ਦਾ ਤਾਂ ਬੜਾ ਸਿੱਧਾ ਜਿਹਾ ਫਾਰਮੂਲਾ, 30 ਲੱਖ ਦਾ ਕਿੱਲਾ ਅਤੇ 40,000 ਰੁਪਇਆ ਸਾਲ ਦਾ ਬਚਦਾ ਨਹੀਂ, ਅਸੀਂ 30 ਲੱਖ ਦੀ ਇਨਵੈਸਟਮੈਂਟ ਦੇ ਨਾਲ ਅਸੀਂ 40,000 ਰੁਪਇਆ ਬਚਾ ਰਹੇ ਹਾਂ, ਇਸ ਕਰਕੇ ਇਹ ਗੱਡੀਆਂ ਖੇਤੀਬਾੜੀ ਤੋਂ ਨਹੀਂ ਆ ਸਕਦੀਆਂ। ਅਸੀਂ ਵੱਡੇ ਵੱਡੇ ਜ਼ਿੰਮੀਦਾਰ ਦੇਖਿਆ, ਇਸ ਵੇਲੇ ਸਾਡੀਆਂ ਕਿਤੇ ਬੈਂਕਾਂ ਦੀਆਂ ਲਿਮਿਟਾਂ ਦੇਖ ਲਓ, ਸਰਕਾਰ ਨੂੰ ਤਾਂ ਕਿਸੇ ਨੂੰ ਵੇਖਣ ਦੀ ਲੋੜ ਹੀ ਨਹੀਂ ਵੀ ਕਿਸਾਨ ਕਰਜ਼ਾਈ ਹੈ ਕਿ ਨਹੀਂ ਹੈ, ਸਾਡੇ ਜਿੰਨੇ ਉਹਨਾਂ ਕੋਲ ਰਿਕਾਰਡ ਸਾਰਾ ਜਿਹੜਾ ਖੇਤੀਬਾੜੀ ਦਾ, ਜ਼ਮੀਨ ਦਾ, ਪਲੱਸ ਸਾਡੀ ਲਿਮਿਟਾਂ ਦਾ ਸਾਰਾ ਰਿਕਾਰਡ ਹੈਗਾ ਉਹਨਾਂ ਕੋਲ, ਉਹ ਚੈੱਕ ਕਰ ਲੈਣ ਵੀ ਅਸੀਂ ਕਿੰਨੇ ਕੁ ਅਮੀਰ ਹੋ ਗਏ ਹਾਂ। ਨਾਮ ਕੀ ਜੀ ਤੁਹਾਡਾ? ਰਣਧੀਰ ਸਿੰਘ ਘੁੰਮਣ ਜੀ। ਰਣਧੀਰ ਸਿੰਘ ਘੁੰਮਣ ਸਾਹਿਬ, ਕੱਲ੍ਹ ਦੀ ਕਿਵੇਂ ਦੀ ਤਿਆਰੀ ਹੋ ਰਹੀ ਹੈ? ਕੱਲ੍ਹ ਨੂੰ ਕਿਹੜਾ ਪ੍ਰੋਗਰਾਮ ਲੀਕਿਆ ਗਿਆ ਕਿ ਅਗਲੇ ਪਾਸੇ ਵਧਣਾ ਵਾ, ਕਿਉਂਕਿ 11 ਵਜੇ ਅਤੇ 21 ਤਰੀਕ ਨੂੰ ਟਾਈਮ ਦਿੱਤਾ ਹੋਇਆ ਦਿੱਲੀ ਵਾਲੇ ਪਾਸੇ? ਵੇਖੋ, ਇੱਕ ਗੱਲ ਬੜੀ ਸਪਸ਼ਟ ਹੈ, ਇਹ ਸਭ ਤੋਂ ਵਧੀਆ ਗੱਲ ਹੈ ਵੀ ਇਹ ਸਾਡਾ ਮੋਰਚਾ ਜਿਹੜਾ ਨਾ ਬੜਾ ਡਿਸਿਪਲਿਨ ਦੇ ਚੱਲ ਰਿਹਾ, ਜੋ ਪਾਰਟੀਆਂ ਸੰਦੇਸ਼ ਦਿੰਦੀਆਂ ਨੇ ਸਾਡੇ ਨੌਜਵਾਨ ਅਤੇ ਸਾਡੇ ਸਾਥੀ ਜਿਹੜੇ ਆ ਉਸੇ ਤਰ੍ਹਾਂ ਹੀ ਲਾਗੂ ਕਰਦੇ ਆ। ਅੱਜ ਉਹਨਾਂ ਨੇ ਪ੍ਰੋਗਰਾਮ ਦੇ ਦਿੱਤਾ ਵੀ ਅਸੀਂ ਕੱਲ੍ਹ 11 ਵਜੇ ਅੱਗੇ ਵਧਾਂਗੇ, ਸਾਡੀ ਟੀਮਾਂ ਦੇ ਹਿਸਾਬ ਨਾਲ 100-100 ਬੰਦਾ 200-200 ਬੰਦਾ ਅੱਗੇ ਵਧੇਗਾ, ਉਸੇ ਤਰ੍ਹਾਂ ਹੀ ਜਦੋਂ ਥੱਕ ਗਏ ਜਾਂ ਜ਼ਿਆਦਾ ਉਹ ਜ਼ਖਮੀ ਹੋਣ ਲੱਗਦੇ ਆ ਦੂਜੀ ਟੀਮ ਫਿਰ ਤਿਆਰ ਹੋ ਗਈ ਉਸੇ ਵੇਲੇ, ਮਤਲਬ ਸਾਡਾ ਇਹ ਆ ਵੀ ਮਤਲਬ ਉਸੇ ਤਰ੍ਹਾਂ ਉਲੀਕੀ ਜਾ ਰਹੀ ਆ, ਰਣਨੀਤੀ ਬਣ ਜੂਗੀ ਰਾਤ ਤੱਕ ਵੱਖਰੀ ਜਾ ਚੁੱਕੀ ਆ, ਇਸ ਕਰਕੇ ਕੋਈ ਗੱਲ ਨਹੀਂ ਗੀ, ਜੇ ਹੋ ਸਕਦਾ ਵੀ ਸਰਕਾਰ ਸਾਡੇ ਲੀਡਰ ਕੋਈ ਪ੍ਰੋਗਰਾਮ 'ਚ ਬਦਲਦੇ ਆ ਤਾਂ ਇਹ ਬਦਲਣ ਉਸੇ ਵੇਲੇ ਹੀ ਲੀਡਰ ਵੀ ਅੱਗੇ ਵਧਣਗੇ ਜਾਂ ਤੁਸੀਂ ਜਿਵੇਂ ਜਨਰਲ ਸਕੱਤਰ ਹੋ ਪਿੱਛੇ ਰਹਿ ਕੇ ਆਪਣੀ ਫੌਜ ਨੂੰ ਅਗਲੇ ਪਾਸੇ ਘੱਲੋ? ਨਹੀਂ, ਪਹਿਲਾਂ ਇਹ ਪ੍ਰੋਗਰਾਮ ਹੈ ਵੀ ਲੀਡਰ ਅੱਗੇ ਚੱਲਣਗੇ। ਅੱਛਾ, ਪਹਿਲਾਂ ਲੀਡਰ ਅੱਗੇ ਚੱਲ ਰਹੇ ਪਹਿਲੇ ਹਿੱਸੇ ਵਿੱਚ ਲੀਡਰ ਅੱਗੇ ਜਾਣਗੇ, ਹਮੇਸ਼ਾ ਹੀ ਵੇਖਿਆ ਜਾਂਦਾ ਨਾ ਲੀਡਰ ਕਈ ਯਾਰ ਪਿੱਛੇ ਹੁੰਦੇ ਆ ਤੇ ਨੌਜਵਾਨ ਅੱਗੇ ਕੀਤਾ। ਦੇਖੋ, ਇੱਕ ਇਹ ਇਸ ਮੋਰਚੇ ਦਾ ਦਿੱਲੀ ਵਾਲੇ ਮੋਰਚੇ ਨਾਲ ਵੀ ਇਹ ਫਰਕ ਆ ਕਿ ਪੂਰਾ ਪੂਰਾ ਸਾਡਾ ਕੇਡਰ ਆ ਤੇ ਕੇਡਰ ਜਿਹੜਾ ਬਿਲਕੁਲ ਜਾਤ ਜਿਹੜਾ ਇਹ ਕੰਮ ਕਰਨ ਤੁਹਾਨੂੰ ਪਤਾ ਹੁੰਦਾ ਤਿਆਰ ਹੁੰਦਾ, ਇੱਥੇ ਆਮ ਬੰਦੇ ਨਹੀਂ ਗੇ, ਇਹ ਕੇਡਰ ਸਾਡਾ ਤੇ ਕੇਡਰ ਨੂੰ ਪਤਾ ਹੈ ਫੌਜ ਜਿਹੜੀ ਹੈ ਫੌਜ ਨੇ ਕਿੱਦਾਂ ਆਪਣੇ ਆਗੂ ਦਾ ਜਿਹੜਾ ਆ ਮਤਲਬ ਆਰਡਰ ਮੰਨਣਾ ਹੈ। ਆਗੂ ਅੱਗੇ ਲੱਗ ਕੇ ਚੱਲਣਗੇ ਤੇ ਪਿੱਛੇ ਬਾਕੀ ਜਿਹੜੇ ਹੈਗੇ ਆ ਲੋਕ ਹਨ ਉਹ ਵੀ ਰਣਨੀਤੀ ਬਣਨੀ ਆ, ਉਹ ਡਿਸਕਲੋਜ਼ ਨਹੀਂ ਕਰ ਸਕਦੇ ਅਸੀਂ, ਠੀਕ ਹੈ ਨਾ? ਅੱਛਾ, ਰਣਨੀਤੀ ਅੱਜ ਰਾਤ ਤੱਕ ਬਣ ਜੂ ਸਾਰੀ ਤੇ ਤੁਸੀਂ ਮਾੜਾ ਬਾਹਰ ਹੀ ਆ ਜਾਓ, ਨਾਲੇ ਆਪਣੀ ਗੱਲਬਾਤ ਵਧੀਆ ਹੋ ਜਾਊਗੀ, ਕਹਿੰਦੇ ਪ੍ਰਧਾਨ ਸਾਹਿਬ ਵੀ ਹੋਇਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਪਹਿਲੇ ਇਹਦੇ ਨਾਲ ਪਰਿਵਾਰ ਨਾਲ ਵੀ ਨਾਲ ਗੱਲਬਾਤ ਕਰ ਲਈਏ। ਹੋਰ ਜੀ ਭਾਈ ਸਾਹਿਬ, ਠੀਕ ਠਾਕ ਹੋ ਤੁਸੀਂ? ਵਧੀਆ ਜੀ। ਕਿੰਨਾ ਕੁ ਸਮਾਨ ਲੈ ਕੇ ਸੰਗਤ ਵਾਸਤੇ ਤੁਸੀਂ ਬਾਜੀ? ਜਿੰਨਾ ਕੁ ਯੋਗਦਾਨ ਨਾ ਆਪਾਂ ਕਰਦੇ ਹਾਂ ਆਪਣੇ ਯੋਗਾ, ਨਿਆਣਿਆਂ ਨੂੰ ਸਿਖਾਉਂਗੇ ਤਾਂ ਹੀ ਅੱਗੇ ਦੇ ਪਤਾ ਲੱਗੂ ਇਹ ਨਿਆਣਿਆਂ ਨੂੰ। ਬਿਲਕੁਲ, ਬਹੁਤ ਵਧੀਆ ਲੱਗਾ ਖੁਸ਼ਪ੍ਰੀਤ ਨਾਲ ਗੱਲ ਕਰਕੇ। ਖੁਸ਼ਪ੍ਰੀਤ ਕਹਿੰਦੀ ਕਿ ਮੇਰੇ ਪਾਪਾ ਵੀ ਆਏ ਆ, ਮੇਰੇ ਚਾਚੂ ਆਏ ਆ, ਕਹਿੰਦੀ ਮੈਂ ਵੀ ਆ, 3 ਕੁ ਪੀੜ੍ਹੀਆਂ, ਕਹਿੰਦੇ ਦਾਦੂ ਮੇਰੇ ਨਾਲ ਆ, 3 ਪੀੜ੍ਹੀਆਂ ਲੈ ਕੇ ਚੱਲੇ ਹੋ। ਤੇ ਵੀਰ ਨੇ ਕਿਹਾ ਕਿ ਜੇ ਇਹਨਾਂ ਬੱਚਿਆਂ ਨੂੰ ਇਹਨਾਂ ਅੰਦੋਲਨਾਂ ਬਾਰੇ ਦੱਸਿਆ ਹੋਊਗਾ, ਜਾਗਰਤੀ ਕਹਿੰਦੇ ਆ, ਇਹੋ ਜਾਗਰਤੀ ਆ ਜਿਵੇਂ ਹੁਣੇ ਵੀਰ ਦੱਸ ਰਹੇ ਸੀ ਨਾ ਕਿ ਅਸੀਂ ਜਾਬਤੇ 'ਚ ਰਹਿਣ ਦੀ ਗੱਲ ਕਰਦੇ ਹਾਂ ਤੇ ਜਾਬਤਾ ਵੀ ਤੁਸੀਂ ਵੇਖ ਸਕਦੇ ਹੋ, ਸਾਰੇ ਪਾਸੇ ਜਾਬਤਾ ਬਣਿਆ ਹੋਇਆ, ਕਿਉਂਕਿ ਉਧਰਲੇ ਪਾਸੇ 11 ਵਜੇ 21 ਤਰੀਕ ਜਾਣ ਦਾ ਟਾਈਮ ਦਿੱਤਾ ਹੋਇਆ ਵਾ ਤੇ ਇਧਰਲੇ ਪਾਸੇ ਪ੍ਰਸ਼ਾਦ ਪਾਣੀ ਦੀ ਇਹ ਲੋਕ ਜਿਹੜੇ ਲੋਕਲ ਪਿੰਡਾਂ ਤੋਂ ਆਣ ਕੇ ਥੋੜ੍ਹੀ ਆਉਣ ਦਿੰਦੇ। ਵੀਰ ਜੀ, ਕਿਹੜੀ ਜਗ੍ਹਾ ਤੋਂ ਆ ਤੁਸੀਂ ਆਏ? ਰਾਈ
ਖੁਸ਼ੀ ਦੀਆਂ ਤਸਵੀਰਾਂ ਤੁਸੀਂ ਜ਼ਰੂਰ ਸਾਂਝੀਆਂ ਕਰਦੇ ਜਾਓ, ਕੋਈ ਖੁਸ਼ੀ ਨੂੰ ਸੇਵਾ ਕਰਨ ਦਿਓ, ਤੁਸੀਂ ਖੁਸ਼ੀ ਨੂੰ ਸੇਵਾ ਕਰਨ ਦਿਓ ਤੇ ਆਪਾਂ ਉਹ ਤਸਵੀਰ ਜ਼ਰੂਰ ਸਾਂਝੀ ਕਰਾਂਗੇ। ਬੜੀ ਪਿਆਰੀ ਤਸਵੀਰ ਆਏ ਖੁਸ਼ੀ ਦੀ, ਕਿਉਂਕਿ ਖੁਸ਼ੀ ਵੈਸੇ ਵੀ ਖੁਸ਼ ਆ। ਖੁਸ਼ੀ ਖੁਸ਼ ਆ ਤੂੰ? ਖੁਸ਼ੀ ਖੁਸ਼ ਆ ਸੇਵਾ ਕਰਕੇ। ਤੇ ਦੂਜੇ ਪਾਸੇ ਜਾਪਤੇ ਦੀ ਗੱਲ ਹੋ ਰਹੀ ਹੈ, ਇਧਰਲੇ ਪਾਸੇ ਸਾਡੇ ਨਾਲ ਵੀਰ ਜੁੜ ਚੁੱਕੇ ਆ, ਕਿਉਂਕਿ ਕਿਸਾਨ ਆਗੂ ਸਾਹਿਬਾਨ ਉਹ ਕਹਿੰਦੇ ਕਿ ਅੱਗੇ ਪਾਸੇ ਵਧਣਾ, ਜਿਹੜਾ ਮੋਰਚੇ ਵਾਲੇ ਪਾਸੇ ਵਧਣਾ ਨਾ, ਜਦੋਂ ਇਹ ਚ ਕੇਵਲ ਕੈਡਰ ਨੂੰ ਨੀ ਅੱਗੇ ਵਧਣ ਦਿੱਤਾ ਜਾਊਗਾ, ਉਧਰ ਕੈਡਰ ਦੇ ਨਾਲ ਨਾਲ ਆਪਾਂ ਆਗੂ ਸਾਹਿਬਾਨ ਜਿਹੜੇ ਹੋਣਗੇ ਅਗਲੇ ਪਾਸੇ ਹੋਣਗੇ, ਮੋਹਰੀ ਭੂਮਿਕਾ ਹੋਊਗੀ। ਕਦੀ ਇਹ ਨਹੀਂ ਹੈਗਾ ਕਿ ਸਿਪਾਹੀਆਂ ਨੂੰ ਅੱਗੇ ਤੋਰਤਾ ਜਾਵਾ ਜਾਊਗਾ, ਨਹੀਂ, ਕਹਿੰਦੇ ਕਿ ਅਸੀਂ ਅੱਗੇ ਵਧਾਂਗੇ। ਪ੍ਰਧਾਨ ਸਾਹਿਬ ਸਾਡੇ ਨਾਲ ਜੁੜ ਚੁੱਕੇ ਆ, ਗੁਰਫਤਿਹ ਸਾਂਝ ਕਰਦੇ ਹਾਂ ਜੀ। ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ। ਸ਼ੁਭਨਾਮ ਜੀ। ਗੁਰਪ੍ਰੀਤ ਸਿੰਘ ਛੀਨਾ ਜੀ, ਛੀਨਾ ਸਾਹਿਬ ਕਿਵੇਂ ਵੇਖਦੇ ਹੋ 13 ਤਰੀਕ ਤੋਂ ਜੋ ਕੁਛ ਇਹ ਚੱਲ ਰਿਹਾ ਇੱਥੇ? ਇਹ ਵੇਖੋ ਜੋ 13 ਤੋਂ ਚੱਲ ਰਿਹਾ ਬਹੁਤ ਦੁਖਤ ਸਮਾਂ ਚੱਲ ਰਿਹਾ ਕਹਿ ਸਕਦੇ ਅਸੀਂ, ਕਿਉਂਕਿ ਸਰਕਾਰਾਂ ਦਾ ਰਵੱਈਆ ਇਸ ਪੱਖ ਦਾ, ਮੀਟਿੰਗਾਂ ਦੇ ਵਿੱਚ ਵੀ ਉਹਨਾਂ ਦਾ ਰਵੱਈਆ ਜਿਹੜਾ ਬਹੁਤਾ ਉਹ ਪੋਜ਼ਿਟਿਵ ਨਹੀਂ ਸੀ ਹੈਗਾ। ਵਾਰ ਵਾਰ ਉਹ ਪਿੱਛੇ ਜਾ ਕੇ ਬਿਨਾਂ ਵਜ੍ਹਾ ਟਾਈਮ ਦੀ ਵੇਸਟੇਜ, ਕੋਈ ਪਿੱਛੋਂ ਜਿੱਦਾਂ ਹਾਈ ਕਮਾਨ ਨੇ ਆ ਉਹ ਮੰਤਰੀ ਰਹੇ ਆ ਮੀਟਿੰਗ ਕਰਨ, ਪਰ ਫਿਰ ਵੀ ਉਹਨਾਂ ਦੇ ਪਿੱਛੇ ਕੋਈ ਪਾਵਰ ਕੰਮ ਕਰ ਰਹੀ ਸੀ, ਨਿਕਲੇ ਕੇ ਪੁਆਇੰਟ ਨੂੰ ਕਲੀਅਰ ਕਰਨ ਲਈ ਉਹ ਘੰਟਾ ਘੰਟਾ ਦੋ ਦੋ ਘੰਟੇ ਪਿੱਛੇ ਚਲੇ ਜਾਂਦੇ ਸੀ, ਅਤੇ ਮਤਲਬ ਉਹਨਾਂ ਨੂੰ ਪਾਵਰ ਹੀ ਨਹੀਂ ਦਿੱਤੀ ਗਈ ਵੀ ਉਹ ਆਪਣੇ ਲੈਵਲ 'ਤੇ ਕੋਈ ਡਿਸੀਜਨ ਲੈ ਸਕਣ। ਇਸ ਕਰਕੇ ਬੜਾ ਇਹ ਤੁਸੀਂ ਵੇਖ ਸਕਦੇ ਜੇ ਹਜ਼ਾਰਾਂ ਟਰਾਲੀਆਂ ਜਾਂ ਜਨਤਾ ਰੋਡਾਂ ਦੇ ਉੱਤੇ ਰੁੜ ਰਹੀ ਹੋਏ ਅਤੇ ਜਿਹੜਾ ਦੇਸ਼ ਦਾ ਰਾਜਾ ਉਹ ਐਵੇਂ ਹੀ ਟਾਈਮ ਟਪਾਊ ਕਰ ਰਿਹਾ ਹੋਵੇ, ਘਰਾਂ 'ਚੋਂ ਬਾਹਰ ਰਹਿ ਕੇ ਜੀਣਾ ਬਹੁਤ ਔਖਾ ਵਾ। ਮੀਟਿੰਗਾਂ ਦਾ ਕੀ ਲੱਗਦਾ ਟਾਈਮ ਟਪਾਊ ਹੋ ਰਿਹਾ? ਟਾਈਮ ਟਪਾਊ ਅੰਦੋਲਨ ਜਿੱਦਾਂ ਉਹ ਕੋਈ ਸਲੋ ਕਰਕੇ ਉਹਨੂੰ ਸਿਸਟਮ ਨੂੰ, ਅਤੇ ਅਸੀਂ ਲੋਕਾਂ ਨੂੰ ਥਕਾ ਸਕੀਏ ਜਾਂ ਗੱਲਾਂ ਬਾਤਾਂ 'ਚ ਉਲਝਾ ਸਕੀਏ, ਜਿੱਦਾਂ ਉਹ ਮੀਟਿੰਗਾਂ ਤੋਂ ਬਾਅਦ ਮੰਤਰੀਆਂ ਦਾ ਬਿਆਨ ਆਉਂਦਾ ਵੀ ਉਹ ਜੀ ਇਸ ਤਰ੍ਹਾਂ ਉਹਦੇ ਵਿੱਚੋਂ ਕੁਛ ਨਾ ਕੁਛ ਆਪੋਜਨ ਦੀ ਪਾਟਕ ਪਾ ਕੇ ਲੋਕਾਂ ਦਾ ਉਤਸ਼ਾਹ ਘੱਟ ਕੀਤਾ ਜਾਏ, ਇਹ ਸਟ੍ਰੈਟਜੀ 'ਤੇ ਕੰਮ ਕਰ ਰਹੀ ਸਰਕਾਰ। ਸੰਜੀਦਾ ਨਹੀਂ ਗੀਆਂ ਇਹ ਆਪਣੀਆਂ ਮੰਗਾਂ ਨੂੰ ਲੈ ਕੇ, ਉਹ ਕੋਈ ਸੰਜੀਦਾ ਨਹੀਂ ਦਿਸ ਰਹੇ ਜੀ। ਇੱਕ ਹੋਰ ਚੀਜ਼ ਦੱਸਿਓ ਕਿ ਕਿਸਾਨ ਆਗੂ ਸਾਹਿਬਾਨ ਕੋਈ ਪਿੱਛੇ ਰੋਡ ਰੋਕ ਕੇ ਬੈਠਾ, ਕੋਈ ਟੋਲ ਰੋਕ ਕੇ ਬੈਠਾ ਵਾ, ਹੈ ਨਾ, ਕਹਿੰਦੇ ਕਿ ਅਸੀਂ ਤੁਹਾਡੇ ਨਾਲ ਹਾਂ, ਸਮਾਇਆ ਜ਼ਰੂਰ ਦਿੱਤੀ ਜਾ ਰਹੀ ਆ, ਨਾਲ ਕਿਉਂ ਨਹੀਂ ਚੱਲ ਰਹੇ, ਕਿਹੜੀਆਂ ਗਲਤੀਆਂ ਹੋ ਗਈਆਂ ਇੱਕ ਦੂਜੇ ਦੇ ਕੋਲੋਂ? ਕਿਉਂਕਿ 2020 ਦੀ ਗੱਲ ਕਰੀਏ, 2021 ਦਾ ਜਿਹੜਾ ਸੰਘਰਸ਼ ਸੀ, ਤਕਰੀਬਨ ਸਾਰੀਆਂ ਹੀ ਭਾਰਤ ਭਰ ਤੋਂ ਅਤੇ ਪੰਜਾਬ ਦੀਆਂ ਸੰਸਥਾਵਾਂ ਨੇ ਤੁਹਾਡੀਆਂ ਨੇ ਸਾਰਿਆਂ ਨੇ ਮੋਢੀ ਭੂਮਿਕਾ ਨਿਭਾਈ, ਅੱਜ ਸਾਰੇ ਪਿੱਛੇ ਲੱਗੇ ਹੋਏ, ਕੁਛ ਕੁ ਜਥੇਬੰਦੀਆਂ ਅੱਗੇ ਲੱਗੀਆਂ। ਵੇਖੋ ਜਦੋਂ ਕੋਈ ਪਰਿਵਾਰ ਹੀ, ਅਸੀਂ ਛੋਟੀ ਇਕਾਈ ਪਰਿਵਾਰ ਹੁੰਦਾ, ਉਹਦੇ ਵਿੱਚ ਵੀ ਥੋੜ੍ਹੇ ਬਹੁਤੇ ਮਤਭੇਦ ਪੈਦਾ ਹੋ ਜਾਂਦੇ ਆ। ਜਦੋਂ ਅੰਦੋਲਨ ਚੱਲਿਆ ਸੀ ਸਾਰੇ ਇਕੱਠੇ ਸੀ, ਆਣ ਕੇ ਕੁਛ ਸਾਡੀਆਂ ਦੂਰੀਆਂ ਵੱਧ ਗਈਆਂ ਇਲੈਕਸ਼ਨ ਕਰਕੇ, ਹੋਰ ਛੋਟੀਆਂ ਛੋਟੀਆਂ ਗੱਲਾਂ ਕਰਕੇ, ਪਰ ਅਸੀਂ ਸਾਰੇ ਜੋ ਸਾਡੀਆਂ ਮੰਗਾਂ ਦਿੱਲੀ ਸੀ ਮੰਗਾਂ ਵਹੀ ਆ, ਪਰ ਥੋੜ੍ਹੇ ਜਿਹੇ ਆਪੋ ਜਿਉਂਦੀ ਮਤਭੇਦ ਕਾਰਨ ਉਹਨਾਂ ਦੇ ਵਿੱਚ ਹੀ ਕਰ ਰਿਹਾ, ਦੂਸਰੀਆਂ ਸਾਡੇ ਸੰਪਰਕ 'ਚ ਹੀ ਆ, ਉਹਨਾਂ ਦੇ ਮਨ ਦੇ ਵਿੱਚ ਆ ਜਾਣਗੇ ਛੇਤੀ ਆ ਜਾਣਗੇ। ਉਹਨਾਂ ਦੇ ਮਨ 'ਚ ਤਾਂ ਜ਼ਰੂਰ ਹੈਗਾ ਕਿ ਅਸੀਂ ਵਲਵਲੇ ਹੈਗੇ ਵੀ ਅਸੀਂ ਸਪੋਰਟ ਕਰੀਏ, ਪਰ ਕੁਛ ਥੋੜ੍ਹੇ ਬਹੁਤੇ 19-21 ਦੇ ਕਾਰਨ ਉਹ ਫਿਰ ਵੀ ਸਾਨੂੰ ਪਿੱਛੇ ਰਹਿ ਕੇ ਵੀ ਉਹ ਸਪੋਰਟ ਕਰ ਰਹੀ ਆ, ਸਾਡਾ ਇਹਨਾਂ ਨਾਲ ਹੌਸਲਾ। 19-21 ਕਦੋਂ ਦੂਰ ਹੋ ਜਾਊਗੀ, ਕਦੋਂ ਤੱਕ ਲੱਗਦਾ? ਛੇਤੀ ਹੋ ਜਾਊਗੀ ਜੀ, ਜਿਉਂ ਜਿਉਂ ਕਈ ਵਾਰ ਤਾਂ ਹੁਣ ਤੇ ਇੱਥੋਂ ਤੱਕ ਗੱਲਾਂ ਹੋ ਗਈਆਂ, ਕਈ ਤਾਂ ਕਹਿ ਦਿੰਦੇ ਆ ਕਿ ਜਦੋਂ ਤੁਸੀਂ ਉੱਥੇ ਸ਼ਿੰਗੂ ਪਹੁੰਚ ਜਾਓਗੇ ਜਾਂ ਦਿੱਲੀ ਪਹੁੰਚ ਜਾਓਗੇ ਸ਼ਾਇਦ ਪਿੱਛੇ ਆ ਜਾਣ, ਇਹੋ ਜਿਹੀਆਂ ਗੱਲਾਂ ਬਾਤਾਂ ਵੀ ਚੱਲੀਆਂ, ਇਹਨਾਂ ਨੂੰ ਕਿਵੇਂ ਵੇਖਦੇ ਹੋ ਕਿ ਉਹ ਸ਼ਿੰਗੂ ਪਹੁੰਚਣ ਜਾਂ ਦਿੱਲੀ ਪਹੁੰਚਣ ਦੀ ਵੇਟ ਹੋ ਰਹੀ? ਵੇਖੋ ਤੁਸੀਂ ਆਪ ਹੀ ਕਿਹਾ ਨਾ ਵੀ ਉਹ ਕਿਤੇ ਬੈਰੀਅਰਾਂ ਤੇ ਬੈਠੇ ਜਾਂ ਦੂਜੇ ਬੈਠੇ, ਉਹਨਾਂ ਦੇ ਜਨਤਾ ਦਾ ਵੀ ਇੰਨਾ, ਵੇਖੋ ਜਿਹੜੇ ਪੰਜਾਬੀ ਇਹਨਾਂ ਦੀ ਫਿਦਰਤ ਆ ਕਿ ਉਹ ਪਿੱਛੋਂ ਜਦੋਂ ਕੋਈ ਭੀੜ ਪੈਂਦੀ ਹੈ ਫਿਰ ਸਾਰੇ ਇਕੱਠੇ ਹੋ ਜਾਂਦੇ ਆ, ਉਹ ਵੀ ਲਾ ਲਓ ਜੇ ਹਾਲੀ ਇੱਥੋਂ ਪਿੱਛੇ ਟੋਲਾਂ ਦੇ ਬੈਠੇ ਦੂਜੇ ਬੈਠੇ, ਜਦੋਂ ਥੋੜ੍ਹੇ ਜਿਹੇ ਅੱਗੇ ਤੁਰ ਗਏ ਉਹ ਵੀ ਨਾਲ ਆ ਜਾਣੇ ਜੀ, ਉਹ ਕੋਈ ਵੱਡਾ ਨਹੀਂ ਗਾ ਇਸ਼ੂ ਹੈਗਾ, ਅਸੀਂ ਸਾਰੇ ਇਕੱਠੇ ਹੀ ਹਾਂ, ਇਕੱਠੇ ਰਹਿਣਾ ਵਾ। ਅਗਲੇ ਵਧਣ ਦੀ ਕੀ ਰਣਨੀਤੀ ਲਿਖੀ ਜਾ ਰਹੀ ਹੈ ਜਿਹੜੀ ਕੱਲ੍ਹ ਨੂੰ 11 ਵਜੇ ਦਾ ਟਾਈਮ ਦਿੱਤਾ ਹੋਇਆ 21 ਤਰੀਕ ਨੂੰ? ਵੇਖੋ ਕੱਲ੍ਹ ਦਾ ਐਲਾਨ ਤੇ ਹੋ ਗਿਆ ਜਥੇਬੰਦੀਆਂ ਵੱਲੋਂ ਵੀ ਅਸੀਂ ਅੱਗੇ ਵਧਣਾ, ਸਟ੍ਰੈਟਜੀ ਸਾਡੀ ਬਣ ਚੁੱਕੀ, ਸਵੇਰੇ ਮੀਟਿੰਗ ਵੀ ਹੋਈ ਹੈ ਸਾਡੀ, ਠੀਕ ਹੈ ਨਾ ਜੀ, ਇਹ ਹੁਣ ਅਸੀਂ ਮੌਕੇ ਦੇ ਉੱਤੇ ਐਂਡ ਤੇ ਅਸੀਂ ਕੀ ਕਰਦੇ ਹਾਂ ਉਹ ਫਿਰ ਅਸੀਂ ਕੱਲ੍ਹ ਨੂੰ, ਤੁਸੀਂ ਇੱਥੇ ਹੀ ਹੋਣਾ ਮੌਕੇ ਤੇ ਹਾਜ਼ਰ ਹੋਣਾ ਤੇ ਕੱਲ੍ਹ ਨੂੰ ਪਤਾ ਲੱਗਣਾ, ਪਰ ਸਾਡੀ ਜਿਹੜੀ ਪੂਰੀ ਪਲੈਨਿੰਗ ਆ ਉਹ ਤਿਆਰੀ ਹੈ, ਬਣ ਚੁੱਕੀ ਹੈ। ਅੱਛਾ, ਅਗਲੇ ਪਾਸੇ ਆਪ ਆਗੂ ਅੱਗੇ ਵਧਣਗੇ ਕਿ ਜਾਂ ਕੈਡਰ ਪਹਿਲਾਂ ਜਾਊਗਾ ਆਗੂ ਪਿੱਛੇ? ਉਹ ਇਹ ਸਾਰੀ ਕੋਈ ਆਗੂ ਜਾਂ ਕੈਡਰ ਸਾਰੇ ਲੀਡਰ ਜਾਂ ਫੌਜ ਸਾਰੀ ਇਕੱਠੀ ਆ, ਹਾਂਜੀ, ਇਹ ਵੇਖੋ ਕੀ ਬਣਦੀ ਹੈ ਸਾਡੀ, ਦੋ ਦੋ ਜਾਂਦੇ, ਪੰਜ ਪੰਜ ਜਾਂਦੇ ਜਾਂ ਅੱਗੇ ਲੀਡਰ ਜਾਂਦੇ ਆ, ਇਹ ਅਸੀਂ ਮੌਕੇ ਤੇ ਡਿਸੀਜਨ ਲੈਣਾ, ਇਹ ਅਸੀਂ ਇਹ ਮਾਈਕ ਗਾੜੀ ਜਾਂ ਮੀਡੀਆ ਗਾੜੀ ਡਿਸਕਲੋਜ਼ ਨਹੀਂ ਕਰ ਸਕਦੇ, ਪਰ ਸਟ੍ਰੈਟਜੀ ਪੂਰੀ ਬਣ ਚੁੱਕੀ ਹੈ ਜੀ। ਉਹ ਗ੍ਰਿਫਤਾਰੀਆਂ ਨੂੰ ਕਿਵੇਂ ਵੇਖਦੇ ਜੀ, ਅਗਲੇ ਪਾਸੇ ਗ੍ਰਿਫਤਾਰੀਆਂ ਹੋਈਆਂ, ਗ੍ਰਿਫਤਾਰੀਆਂ ਦੇ
ਵੇਖੋ ਇਹ ਤੇ ਅਸੀਂ ਜਦੋਂ ਘਰੋਂ ਤੁਰੇ ਸਾਂ ਉਦੋਂ ਅਸੀਂ ਪਤਾ ਨਹੀਂ ਸਾਡੇ ਤੇ ਪਰਚੇ ਹੋਣਾ ਸਾਡੇ ਚੋਂ ਕਿਸੇ ਨੇ ਵਾਪਸ ਵੀ ਆਉਣਾ ਨਹੀਂ ਆਉਣਾ ਇਹ ਤੇ ਗ੍ਰਿਫਤਾਰੀਆਂ ਤੇ ਛੋਟੀ ਗੱਲ ਆ ਕੁਛ ਵੀ ਹੋ ਸਕਦਾ ਅੱਗੇ ਵੇਖੋ 150-200 ਦੇ ਕਰੀਬ ਜਵਾਨ ਜਿਹੜੇ ਆ ਹਾਲੇ ਵੀ ਹੋਸਪਿਟਲਾਂ 'ਚ ਹੀ ਆ ਉਹ ਪਏ ਇਹ ਤਾਂ ਕੋਈ ਇਹ ਅੰਦੋਲਨ ਦੇ ਵਿੱਚ ਮਹਿਨਾ ਨਹੀਂ ਰੱਖਦੇ ਵੀ ਕੋਈ ਅੰਦੋਲਨ ਕੋਈ ਸਾਡੀ ਸ਼ਹਾਦਤ ਹੋ ਜੂਗੀ ਜਾਂ ਸਾਡੇ ਜ਼ਖਮੀ ਹੋ ਜਾਣਗੇ ਜਾਂ ਗ੍ਰਿਫਤਾਰੀਆਂ ਹੋ ਜਾਣਗੀਆਂ ਇਹ ਸਾਡੀ ਜ਼ਿੰਦਗੀ 'ਚ ਕੋਈ ਮਹਿਨਾ ਨਹੀਂ ਰਖਾਉਂਦੇ ਜੀ ਅੱਛਾ ਤਾਂ ਮੀਟਿੰਗਾਂ ਆਪਸ ਚੱਲ ਰਹੀਆਂ ਵਾ ਸਾਰੀ ਜਥੇਬੰਦੀ ਬਿਲਕੁਲ ਬਿਲਕੁਲ ਜੀ ਸਵੇਰੇ ਵੀ ਹੋਈ ਰਾਤੀ ਵੀ ਹੋਈ ਆ ਸ਼ਾਮ ਤੱਕ ਵੀ ਚੱਲਣੀ ਆ ਉਹ ਬਸ ਸਟੈਪ ਬਾਈ ਸਟੈਪ ਕਿਉਂਕਿ ਜਿਉਂ ਜਿਉਂ ਸਮਿਤੀ ਘੜਦੀ ਆ ਵੈਸੇ ਰਣਨੀਤੀ ਲੀਡਰਾਂ ਨੇ ਘੜਨੀ ਇਹ ਤੇ ਕਨਫਰਮ ਆ ਜੀ ਇਹ ਸਵੇਰੇ ਅਸੀਂ ਅੱਗੇ ਵਧਣਾ ਹੀ ਵਧਣਾ ਵਾ ਜੀ ਡਿਸਕਲੋਜ਼ ਨਹੀਂ ਕਰਨੀ ਰਣਨੀਤੀ ਬਣ ਚੁੱਕੀ ਹੈ ਜੀ ਸਾਰਾ ਕੁਝ ਹੋ ਗਿਆ ਜੀ ਧੰਨਵਾਦ ਜੀ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੀਰ ਸੀ ਪ੍ਰਧਾਨ ਸਾਹਿਬ ਸਾਡੇ ਨਾਲ ਸੀ ਉਹਨਾਂ ਕਿਹਾ ਕਿ ਰਣਨੀਤੀ ਘੜੀ ਗਈ ਆ ਅਗਲੇ ਪਾਸੇ ਵਧਾਂਗੇ ਅਸੀਂ ਅੱਗੇ ਵਧਣ ਤੋਂ ਸਾਨੂੰ ਰੋਕ ਨਹੀਂ ਸਕਦੇ ਹਾਂ ਜਾਬਤੇ ਚ ਆ ਜੇ ਜਾਬਤੇ ਦੀ ਗੱਲ ਕਰਦੇ ਹਾਂ ਤੇ ਜਦੋਂ ਕਿਸਾਨ ਲੀਡਰ ਕਹਿ ਦਿੰਦੇ ਆ ਕਿ ਹੁਣ ਨਹੀਂ ਜਾਣਾ ਅੱਗੇ ਰੋਕ ਲੈਂਦੇ ਆ ਉਦੋਂ ਰੁਕ ਜਾਂਦੇ ਆ ਰੋਕਾਂ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਸ਼ੋਹਿਰ ਤੁਸੀਂ ਸਰਕਾਰ ਵੀ ਕੇਂਦਰ ਵੀ ਤੇ ਪੰਜਾਬ ਸਰਕਾਰ ਦੀ ਵਿਚੋਲਗੀ ਦੇ ਰੂਪ ਦੇ ਵਿੱਚ ਭੂਮਿਕਾ ਨੂੰ ਵੀ ਚੰਗਾ ਕਿਹਾ ਜਾ ਰਿਹਾ ਪਰ ਕਾਰਨ ਕਿੱਥੇ ਕੁੰਡੀ ਫਸੀ ਇਹ ਵੀ ਆਪਾਂ ਗੱਲਬਾਤ ਕਰ ਲੈਂਦੇ ਹਾਂ MSP ਤੇ ਕਹਿੰਦੇ ਕੁੰਡੀ ਫਸਦੀ ਹੈ ਵੈਸੇ ਜ਼ਿਆਦਾ ਕਾਰਨ ਕੀ ਆ MSP ਕਿਉਂ ਨਹੀਂ ਦੇ ਸਕਦੀ ਸਰਕਾਰ ਇਹਦੇ ਵਿੱਚ ਕੀ ਲੱਗਦਾ ਤੁਹਾਨੂੰ ਵੇਖੋ ਇਹੋ ਤੇ ਸਾਡਾ ਜਥੇਬੰਦੀਆਂ ਸਾਡੀਆਂ ਕਿਸਾਨਾਂ ਦੀਆਂ ਇਹੋ ਤੇ ਮੰਗਾਂ ਜੀ MSP ਦੀ ਮੇਨ ਜਿਹੜੀ MSP ਤੇ ਸੀ ਉਹ ਹੁਣ 2-3 ਉਹ ਵੀ ਕੰਟਰੈਕਟ ਬੇਸ ਦੇ ਉੱਤੇ ਕਹਿੰਦੇ ਅਸੀਂ ਕਰ ਲੈਨੇ 5 ਸਾਲ 3 ਸਾਲ ਤੇ ਵੇਖੋ 23 ਫਸਲਾਂ ਦੇ ਉੱਤੇ ਜਿਹੜੀ ਸਰਕਾਰ ਹੈ ਉਹ ਡਿਕਲੇਅਰ ਕਰਦੀ MSP ਤੇ ਇਹ ਖਰੀਦਣ ਦੀ ਜ਼ਿੰਮੇਵਾਰੀ ਕਿਹਦੀ ਸਰਕਾਰਾਂ ਦੀ ਨਹੀਂ ਜੀ ਹੈਗੀ ਏਜੰਸੀਆਂ ਦੇ ਰਹੇ ਅੱਗੇ ਹਾਂਜੀ ਏਜੰਸੀਆਂ ਦੇ ਰਹੇ ਤੁਹਾਡਾ ਸਰਕਾਰੀ ਏਜੰਸੀਆਂ ਨਾਲ 5 ਸਾਲ ਲਈ ਕੰਟਰੈਕਟ ਕਰਾ ਦਾਂਗੇ ਤੇ ਆਹ ਜਿਹੜੀਆਂ 4-5 ਫਸਲਾਂ ਵਾ ਜਿਹੜੀਆਂ ਉਹਦੇ ਉੱਤੇ ਤੁਹਾਨੂੰ ਅਸੀਂ ਮਿਨੀਮਮ ਸਪੋਰਟ ਦੇ ਦਾਂਗੇ 5 ਸਾਲ ਲਈ ਤੇ ਏਜੰਸੀਆਂ ਥਰੂ ਕੰਟਰੈਕਟ ਕਰਕੇ ਡਾਇਰੈਕਟ ਡਿਲੀਵਰੀ ਨਾ ਕੋਈ ਮੰਡੀ ਕਰਨ ਦਾ ਸਿਸਟਮ ਨਾ ਕੋਈ ਅਦਰ ਕੰਪਨੀਆਂ ਤੋਂ ਉਹਦੇ ਵਿੱਚ ਕੋਈ ਪ੍ਰਪੋਜ਼ਲਾਂ ਨਹੀਂ ਹੈਗੀਆਂ ਜੀ ਫਿਰ ਉਹ ਪ੍ਰਸਤਾਵ ਠੁਕਰਾ ਤਾ ਤੁਸੀਂ ਤੇ ਕਹਿੰਦੇ ਬਿਲਕੁਲ ਜੀ ਉਹ 4-5 ਨਹੀਂ ਉਹਦੇ ਨਾਲ ਨਹੀਂ ਮੰਗਾਂ ਸਾਡੀਆਂ ਮੰਨੀਆਂ ਜਾਂਗੀਆਂ ਹੋਰ ਵੀ ਸੀਰੀਅਸ ਮੰਗਾਂ ਹੈਗੀਆਂ ਪਰ ਮੇਨ ਇੱਥੇ ਆਣ ਕੇ ਸਾਡੀ ਉਹ ਕੁੰਡੀ ਜਿਹੜੀ ਉਹ ਫਸ ਜਾਂਦੀ ਹੈ MSP ਤੇ ਗਰੰਟੀ ਦੀ ਗੱਲ ਹੋ ਜਾਂਦੀ ਬਾਕੀ ਮੰਗਾਂ ਜਿਹੜੀਆਂ ਸੀ ਉਹਦੀ ਵੀ ਗੱਲਬਾਤ ਨਾਲ ਨਾਲ ਚੱਲ ਰਹੀ ਹੈ ਵੈਸੇ ਬਾਕੀ ਤੇ ਲਗਭਗ ਜੀ ਉਹ ਤੇ ਮੰਨੀਆਂ ਹੋਈਆਂ ਜੀ ਉਹ ਐਂਡ ਤੇ ਲਾ ਲਓ 90-95% ਲਾਗੇ ਲਾਗੇ ਅਸੀਂ ਉਹ ਪਹੁੰਚ ਗਏ ਉਹ ਚੀਜ਼ਾਂ ਤੇ ਪਰ ਮੇਨ ਜਿਹੜੀ ਜਿੱਥੇ ਕੋਈ ਵੀ ਚੀਜ਼ ਆ ਧੁਰਾ ਜਿਹੜਾ ਹੁੰਦਾ ਧੁਰਾ ਜਾਂ ਧੁਰਾ ਨਾ ਉਹਦਾ ਗੱਡੀ ਚੱਲੂਗੀ ਨਹੀਂ ਇਸ ਕਰਕੇ ਉਹ ਜਿਹੜੀ ਉਹ ਮੰਗ ਤੇ ਥੋੜੀ ਬਹੁਤੀ ਲੱਗ ਗਏ ਅਸੀਂ ਆਵਾਂਗੇ ਤੇ ਫਿਰ ਸਾਡੀ ਗੱਲਬਾਤ ਅੱਗੇ ਵਧਣੀ ਆ ਅਦਰਵਾਈਜ਼ ਕੋਈ ਛੋਟੀਆਂ ਛੋਟੀਆਂ ਮੰਗਾਂ ਨਾਲ ਸਾਡੀ ਗੱਲ ਨਹੀਂ ਬਣਨੀ ਜੀ ਧੰਨਵਾਦ ਜੀ ਫਿਰ ਮਿਲਦੇ ਹਾਂ ਸਵੇਰੇ ਆਪਾਂ ਕਿਉਂਕਿ ਅੱਗੇ ਵਧਣ ਦੀ ਰਣਨੀਤੀ ਜਿਹੜੀ ਅਖਤਿਆਰ ਕੀਤੀ ਗਈ ਆ ਪ੍ਰਧਾਨ ਸਾਹਿਬ ਕਹਿੰਦੇ ਕਿ ਅੱਗੇ ਵਧਾਂਗੇ ਅਸੀਂ 11 ਵਜੇ ਦਾ ਟਾਈਮ ਆ 21 ਤਰੀਕ ਨੂੰ ਤੇ ਰਣਨੀਤੀ ਉਲੀਕ ਗਈ ਆ ਮੀਟਿੰਗਾਂ ਦਾ ਦੌਰ ਵੀ ਚੱਲੀ ਆ ਕਿਉਂਕਿ ਜੇ ਸ਼ੰਭੂ ਜਾਂ ਖਨੌਰ ਦੀ ਗੱਲ ਕਰਦੇ ਹਾਂ ਇੱਕ ਵੱਖਰੀਆਂ ਤਸਵੀਰਾਂ ਕੱਲ੍ਹ ਨੂੰ ਫਿਰ ਤੁਹਾਨੂੰ ਦੇਖਣ ਵਾਸਤੇ ਮਿਲਣਗੀਆਂ ਤੇ ਅਕਾਲ ਚੈਨਲ ਵੀ ਮਾਧਿਅਮ ਜਿਹੜਾ ਵਾ ਕੋਸ਼ਿਸ਼ ਕਰੂਗਾ ਕਿ ਦੋਵੇਂ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰੇ ਜੀ ਉਹ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।